ਦਾ ਗ੍ਰੇਟ ਪੰਜਾਬੀ ਕਾਮੇਡੀ ਸ਼ੋਅ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਮੈਂ ਗੁਰਪ੍ਰੀਤ ਘੁੱਗੀ। ਸੋ ਇਸ ਸ਼ੋਅ ਦੇ ਵਿੱਚ ਅਸੀਂ ਉਹਨਾਂ ਫਨਕਾਰਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ ਜੀ। ਹੱਸਦੇ ਹਸਾਉਂਦੇ ਰਹੋ, MH1 ਚੈਨਲ 'ਤੇ ਤੁਸੀਂ ਸਾਰਾ ਵੇਖਿਆ, ਇੰਜੋਏ ਕੀਤਾ। ਉਹਦੇ ਵਿੱਚੋਂ ਜੋ ਬੈਸਟ ਆਰਟਿਸਟ ਸਾਨੂੰ ਲੱਗਾ ਕਿ ਤੁਹਾਨੂੰ ਸਰਵ ਕਰ ਸਕਦੇ ਆ, ਅਸੀਂ ਉਹਨਾਂ ਨੂੰ ਆਪਣੇ ਇਸ ਕਾਫਲੇ ਦੇ ਵਿੱਚ ਸ਼ਾਮਿਲ ਕੀਤਾ ਕਿ ਉਹ ਆਪਣੀ ਕਾਮੇਡੀ ਦਾ ਕਮਾਲ ਲੈ ਕੇ, ਹਾਸਿਆਂ ਦੀ ਧਮਾਲ ਲੈ ਕੇ ਸਾਡੇ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਸ਼ਾਮਿਲ ਹੋਣ। ਇਹ ਬੈਸਟ ਕਲਾਕਾਰ ਚੁਣਨ ਲਈ ਬੜਾ ਲੰਬਾ ਸਾਨੂੰ ਸਮਾਂ ਲੱਗਾ ਸੀ, ਔਰ ਆਡੀਅੰਸ 'ਤੇ ਬਹੁਤ ਡਿਪੈਂਡ ਕਰਦਾ। ਜਿਹਨੂੰ ਇੱਕ ਵਾਰੀ ਕਹਿ ਦੇਵੇ ਠੀਕ ਤਾਂ ਉਹ ਠੀਕ ਹੈ, ਜਿਹਨੂੰ ਗਲਤ ਕਹਿ ਦੇਵੇ ਉਹ ਗਲਤ ਹੈ। ਮੈਨੂੰ ਤਾਂ ਯਾਦ ਹੈ ਨਾ ਜੀ, ਕਿ ਸ਼ੋਅ ਚੱਲ ਰਿਹਾ ਸੀ, ਇੱਦਾਂ ਮੈਂ ਵੀ ਬੈਠਾ ਸ਼ੋਅ ਦੇਖ ਰਿਹਾ, ਮੇਰੇ ਨਾਲ ਇੱਕ ਬਾਊ ਜੀ ਬੈਠੇ, ਉਹਨਾਂ ਦੇ ਨਾਲ ਇੱਕ ਹੋਰ ਸਾਹਿਬ ਬੈਠੇ, ਅਤੇ ਇੱਕ ਲੇਡੀ ਸਟੇਜ ਦੇ ਉੱਤੇ ਗਾ ਰਹੀ ਹੈ ਵਿਚਾਰੀ, ਬੜੇ ਆਪਣੇ ਵੱਲੋਂ ਜ਼ੋਰ ਨਾਲ ਪੂਰੇ ਜੋਸ਼ੋ ਖਰੋਸ਼ ਨਾਲ ਗਾ ਰਹੀ ਹੈ ਵਿਚਾਰੀ। ਹੁਣ ਵਿੱਚ ਜਿਹੜੇ ਬਾਊ ਜੀ ਬੈਠੇ ਸੀ ਉਹਨਾਂ ਨੂੰ ਮਿਊਜ਼ਿਕ ਦੀ ਸਮਝ ਸੀਗੀ, 2 ਕੁ ਮਿੰਟ ਬਾਅਦ ਕਹਿ ਦਿਆ ਕਰਨ, ਬਹੁਤ ਵਾਹ ਯਾਦ ਗਾ ਰਹੀ ਹੈ ਯਾਰ, ਬਹੁਤ ਬਦਤਮੀਜ਼ ਗਾ ਰਹੀ ਹੈ ਯਾਰ, ਓਹ ਹੋ ਕਰੀ ਜਾਣ। ਫਿਰ ਉਹ ਨਾਲ ਦੇ ਦੀ ਸਲਾਹ ਲੈਣ ਲੱਗ ਪਏ, ਕਹਿੰਦੇ ਭਾਈ ਸਾਹਿਬ ਕਿਆ ਵਾਹਿਆਤ ਗਾਣਾ ਗਾਇਆ ਜਾ ਰਿਹਾ। ਉਹ ਨਾਲ ਜਿਹੜੇ ਬਾਊ ਜੀ ਬੈਠੇ ਸੀ ਉਹ ਕਹਿੰਦੇ, ਐਕਸਕਿਊਜ਼ ਮੀ ਸਰ, ਮੇਰੀ ਵਾਈਫ ਹੈ। ਪਿਛਲੇ ਬਾਊ ਜੀ ਦੀ ਫੂਕ ਨਿਕਲ ਗਈ, ਪਿਆ ਮੈਂ ਕੀ ਕਹੀ ਜਾਂਦਾ 1/2 ਘੰਟੇ ਦਾ। ਉਹਨਾਂ ਨੇ ਮਤਲਬ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ ਬੜੇ ਹਿਸਾਬ ਜੇ ਨਾਲ, ਉਹਨੂੰ ਕਹਿੰਦੇ ਨਹੀਂ ਮੇਰਾ ਮਤਲਬ ਗਾ ਤਾਂ ਬਹੁਤ ਅੱਛਾ ਰਹੇ ਨੇ ਪਰ ਗਾਣਾ ਵਾਹਿਆਤ ਹੈ, ਲਿਖਿਆ ਜਿਹੜਾ ਲਿਖਿਆ ਬਹੁਤ ਮਾੜਾ, ਗਾਣਾ ਬਹੁਤ ਮਾੜਾ। ਕਹਿੰਦਾ ਐਕਸਕਿਊਜ਼ ਮੀ, ਮੈਂ ਲਿਖਿਆ। ਇਸ ਲਈ ਮੈਂ ਕਹਿੰਦਾ ਜੀ ਕਿ ਆਡੀਅੰਸ ਦੀ ਤਾਰੀਫ, ਆਡੀਅੰਸ ਦੀ ਸ਼ਾਬਾਸ਼ ਜ਼ਬਰਦਸਤੀ ਨਹੀਂ ਲੈ ਜਾ ਸਕਦੀ, ਪਰ ਉਹ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਸ਼ਾਬਾਸ਼ ਦੇ ਚੁੱਕੇ ਹੋ, ਅੱਜ ਫਿਰ ਸਾਡੇ ਨਾਲ ਨੇ ਸਾਡੇ ਸ਼ੋਅ ਕੋਕਾ ਕੋਲਾ ਦਾ ਗ੍ਰੇਟ ਪੰਜਾਬੀ ਕਾਮੇਡੀ ਸ਼ੋਅ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਮਿੰਟੂ ਤੋਂ। ਸੋ ਵੈਲਕਮ ਮਿੰਟੂ। ਹਾਂਜੀ, ਸ਼ੇਅਰ ਸੁਣਾਵਾਂਗਾ ਇੱਕ ਪਹਿਲਾਂ। ਸੀਣ ਸੋਹਣੀਏ ਸੋਹਣੇ ਨੇ ਨੈਣ ਤੇਰੇ, ਸੀਣ ਸੋਹਣੀਏ ਸੋਹਣੇ ਨੇ ਨੈਣ ਤੇਰੇ, ਤੇਰੇ ਨੈਣਾਂ ਨੇ ਕੀਤਾ ਬਿਮਾਰ ਮੈਨੂੰ। ਹਾਸਾ ਹੀ ਪਾਉਣਾ ਜਿੱਦਾਂ ਮਰਜ਼ੀ ਪਾਉਣਾ। ਉਹਦੇ 'ਚ ਗੱਲ ਕਰ ਲਵਾਂਗਾ ਮੈਂ ਦੋ ਚੀਜ਼ਾਂ ਦੀ ਜਿਹੜੀਆਂ ਭਲੇ ਮਾਸ ਬੰਦੇ ਨੂੰ ਕਲਪਾ ਕੇ ਰੱਖਦੀਆਂ। ਪਹਿਲੀ ਬੀਵੀ ਅਤੇ ਦੂਜਾ TV। ਬੀਵੀ ਇੱਕ ਐਸੀ ਕਲਪਾਈ ਜਿਹੜੀ ਬੰਦੇ ਨੂੰ ਨਜਾਇਜ਼ ਕਲਪਾਉਂਦੀ ਰਹਿੰਦੀ ਹੈ, ਅਤੇ TV ਇੱਕ ਇਹੋ ਜਿਹੀ ਕਲਪਾਈ ਹੈ ਜਿਹਨੂੰ ਬੰਦਾ ਜਾਣ ਬੁੱਝ ਕੇ ਆਪਣੇ ਗਲੇ ਪਾਉਂਦਾ। ਸੋ ਪਹਿਲਾਂ ਗੱਲ ਕਰਦੇ ਬੀਵੀ ਦੀ, ਇੱਕ ਇਹੋ ਜਿਹੇ ਭਲੇ ਮਾਸ ਦੀ ਗੱਲ ਸੁਣਾਉਣਾ, ਸਾਡੇ ਪ੍ਰੋਫੈਸਰ ਹੈਗੇ ਖਾਲਸਾ ਕਾਲਜ HP ਸਿੰਘ ਜੀ, ਭਲੇ ਮਾਸ ਬੰਦੇ ਹੈਗੇ ਆ, ਉਹਨਾਂ ਦੀ ਬੀਵੀ ਬੜੀ ਚਲਾਕ ਹੈਗੀ, ਐਵੇਂ ਫੋਨ ਕਰਕੇ ਤੰਗ ਕਰਦੀ ਰਹੇਗੀ ਉਹਨਾਂ ਨੂੰ। ਜਦੋਂ ਕਾਲਜ ਗਿਆ ਹੁੰਦਾ ਪਿੱਛੋਂ ਫੋਨ ਆ ਜਾਏਗਾ, ਹੈਲੋ ਕਿੱਥੇ ਹੋ? ਉਹ ਬੰਦੇ ਸੋਚਦੇ ਕਿ ਮੈਂ ਕਾਲਜ ਹੈਗਾ, ਮਤਲਬ ਕਾਲਜ ਹੀ। ਤਾਂ ਉਹਨਾਂ ਦਾ ਐਕਸਪ੍ਰੈਸ਼ਨ ਉਹ ਕਿੱਦਾਂ ਦੇ ਹੁੰਦਾ, ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੀ ਉਹਨਾਂ ਦੀ ਬੀਵੀ, ਉਹ ਕਿੱਦਾਂ ਗੱਲ ਕਰਦੇ, ਹੈਲੋ ਇੱਕ ਮਿੰਟ ਗੱਲ ਤਾਂ ਸੁਣ, ਮੈਂ ਕਾਲਜ, ਇੱਕ ਮਿੰਟ ਚੰਗਾ। ਫਿਰ ਜਦੋਂ ਘਰ ਆਉਂਦੇ ਕੰਮ ਤੋਂ, ਸਾਰਾ ਮਤਲਬ ਕਾਲੇ ਪੀਰਨ ਲੱਗ ਘਰ ਜਾਂਦੇ ਆ, ਘਰ ਕੱਪੜੇ ਲਾ ਕੇ ਇੱਧਰ ਉੱਧਰ ਆਪਣੇ ਕੱਪੜੇ ਲੰਬਣ ਲੱਗਦੇ ਆ, ਬੀਵੀ ਪਿੱਛੋਂ ਗੱਲਾਂ ਕਰੀ ਜਾਏਗੀ, ਆ ਗਏ ਹੋ? ਤੁਸੀਂ ਮੈਨੂੰ ਬਿਲਕੁਲ ਪਿਆਰ ਨਹੀਂ ਕਰਦੇ ਹੈਗੇ, ਤੁਹਾਡੇ ਆਪਣੇ ਪਰਾਹੁਣੇ ਹੋਣ, ਆਪਣੇ ਗੈਸਟ ਹੋਣ, ਆਪਣੇ ਮਾਂ ਪਿਓ ਹੋਣ, ਬੜਾ ਤੁਸੀਂ ਕਰਦੇ ਹੋ, ਆਪਣੇ ਭੈਣ ਭਰਾਵਾਂ ਨੂੰ ਸਾਰਾ ਪਿਆਰ ਕਰਦੇ, ਤੁਸੀਂ ਮੇਰਾ ਕਦੀ ਖਿਆਲ ਨਹੀਂ ਰੱਖਿਆ, ਮੇਰੇ ਮਾਂ ਪਿਓ ਹੋਣ, ਮੇਰੇ ਭੈਣ ਭਰਾ ਹੋਣ, ਤਾਂ ਤਾਂ ਮੌਤ ਹੀ ਪੈ ਜਾਂਦੀ ਹੈ। ਹਰ ਵੇਲੇ ਬਸ ਮੇਰਾ, ਮੇਰੇ ਬੱਚੇ, ਮੇਰਾ ਅਟੈਚੀ, ਮੇਰਾ ਸਭ ਕੁਛ, ਕਦੀ ਸਾਡਾ ਵੀ ਕਿਹਾ ਜਦੋਂ ਦਾ ਵਿਆਹ ਤੁਸੀਂ ਮੇਰਾ, ਤੁਸੀਂ ਮੇਰੇ ਕਦੇ ਮੈਨੂੰ ਮੇਰਾ 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 ਹੀ ਕਰਦੇ ਰਹਿੰਦੇ ਹੋ, ਹੁਣ ਦੱਸੋ ਨਾ ਕੀ ਲੱਭਣ ਡੇ ਅਲਮਾਰੀ 'ਚੋਂ? ਅੱਗੋਂ ਸਰ ਕਹਿੰਦੇ ਸਾਡਾ ਕੱਛਾ। ਇਹੋ ਜਿਹੀ ਗੱਲਬਾਤ ਆ ਮਤਲਬ। ਤਾਂ ਦੂਜੀ ਗੱਲ ਕਰਦੇ TV ਦੀ, TV ਤਾਂ ਮੈਂ ਕਹਿੰਦਾ ਅੱਜ ਕੱਲ੍ਹ ਇਹੋ ਜਿਹੇ ਪ੍ਰੋਗਰਾਮ ਆਉਂਦੇ ਆ, ਇਹੋ ਜਿਹੇ ਪ੍ਰੋਗਰਾਮ ਆਉਂਦੇ ਆ ਕਿ ਜੇ ਬੰਦਾ ਵੇਖਦਾ ਰਹੇ ਨਾ, ਪਹਿਲੀ ਗੱਲ ਤਾਂ ਸੌਣ ਨਹੀਂ ਦਿੰਦੇ ਬੰਦੇ ਨੂੰ, ਬੰਦਾ ਇੱਕ ਵਾਰੀ TV ਲਾ ਲਏ ਫਿਰ ਬੰਦ ਨਹੀਂ ਕਰ ਸਕਦਾ, ਬੰਦਾ ਡਰੀ ਜਾਏਗਾ। ਉਹ ਮੈਂ ਕਹਿੰਦਾ ਕਿਤੇ ਵੇਖੀ ਜਾ ਬੰਦੇ ਨੂੰ ਹਾਰਟ ਅਟੈਕ ਹੋ ਜੇ। ਹੁਣ ਪ੍ਰੋਗਰਾਮ ਵੇਖੋ ਕਿੱਦਾਂ ਦੇ ਸਟਾਰਟ ਹੁੰਦੇ ਆ, ਬੰਦਾ ਰੋਟੀ ਪਾਣੀ ਖਾ ਕੇ ਮੰਜੇ 'ਤੇ ਬਹਿੰਦਾ, ਜਾ ਕੇ TV ਲਾਉਂਦਾ, ਨਾਲੇ ਪ੍ਰੋਗਰਾਮ ਸ਼ੁਰੂ ਹੁੰਦਾ, ਡਰਾਉਣੀ ਜਿਹੀ ਟਿਊਨ ਨਿਕਲਦੀ ਹੈ, ਇੱਧਰ ਇੱਕ ਡਰਾਉਣੀ ਜਿਹੀ ਅੱਖ ਹੁੰਦੀ ਖੱਬੇ ਪਾਸੇ, ਦੂਜੇ ਪਾਸੇ ਵਿੱਚੋਂ ਖੰਜਰ ਨਿਕਲਦਾ, ਖੂਨ ਨਾ ਭਰਿਆ, ਪਿੱਛੋਂ ਆਵਾਜ਼ ਆਉਂਦੀ ਹੈ, ਇਸ ਰਾਤ ਕੀ ਸੁਬਾਹ ਨਹੀਂ। ਵੀ ਜੇ ਬੰਦਾ ਕਿਤੇ ਗੌਰ ਨਾਲ ਵੇਖਦਾ ਰਹੇ, ਬੰਦੇ ਦੀ ਸੁਬਾਹ ਵਾਕਈ ਨਹੀਂ ਹੋਣੀ। ਕੈਸਾ ਡਰਾਉਣਾ ਪ੍ਰੋਗਰਾਮ ਪੇਸ਼ ਕਰਦੇ ਆ, ਇਹ ਪ੍ਰੋਗਰਾਮ ਖਤਮ ਹੁੰਦਾ ਪਿੱਛੋਂ ਨਾਲ ਹੀ ਨਿਊਜ਼ ਚੈਨਲ 'ਤੇ ਕੁੜੀ ਨਿਕਲ ਕੇ ਆਉਂਦੀ ਹੈ, ਹਨੇਰਾ ਜਾਂ ਹਨੇਰੇ ਦਾ ਸੀਨ ਚੱਲਣ ਡਿਆ, ਹਨੇਰੇ ਦਾ ਸੀਨ ਚੱਲਦਾ, ਡਰਾਉਣੀਆਂ ਟਿਊਨਾਂ ਨਿਕਲ ਹੁੰਦੀਆਂ, ਧੂੰਆਂ ਆਸੇ ਪਾਸੇ ਡਰਾਉਣੀਆਂ ਟਿਊਨਾਂ ਨਿਕਲ ਹੁੰਦੀਆਂ, ਹਨੇਰੇ 'ਚੋਂ ਕੁੜੀ ਵੇਖੋ ਕਿੱਦਾਂ ਨਿਕਲ ਕੇ ਆਉਂਦੀ ਹੈ,
ਹੀ ਮੇਕਅਪ ਕੀਤਾ ਹੁੰਦਾ ਹੈ, ਇੰਨਾ ਮੇਕਅਪ ਕੀਤਾ ਹੁੰਦਾ, ਵੱਡੀ ਵੱਡੀ ਸੁਰਖੀ ਲਾਈ ਹੁੰਦੀ ਹੈ ਤੇ ਬੰਦਾ ਪੁੱਛਿਆ ਪ੍ਰੋਗਰਾਮ ਦੇਣ ਆਏ ਕਿ ਭੂਆ ਦਾ ਵਿਆਹ ਸੀ, ਉੱਤੋਂ ਖੱਖਰ ਖਿਲਾਰਾ ਹੈਗਾ ਵਾਲਾਂ ਦਾ ਜਿਵੇਂ ਕਰੰਟ ਲਾ ਕੇ ਵਾਹ ਹੁੰਦੇ ਆ, ਇੱਦਾਂ ਦੇ ਵਾਲ ਖਿਲਰੇ ਹੋਣਗੇ ਆਣ ਕੇ, ਪਤਾ ਕਿਹੜੀ ਗੱਲ ਪੁੱਛੇਗੀ, ਨਿੱਕੇ ਨਿੱਕੇ ਕੱਪੜੇ ਪਾਏ ਹੋਣਗੇ, ਕਿਆ ਕਰਨੇ ਜਾ ਰਹੇ ਹੈ ਆਪ ਬਤਾਈਏ, ਕਿਆ ਕਰਨੇ ਜਾ ਰਹੇ ਹੈ ਆਪ, ਵੀ ਤੈਨੂੰ ਨਹੀਂ ਪਤਾ ਬੰਦਾ ਕੀ ਕਰਦਾ ਰਾਤ ਨੂੰ, ਸੌਣ ਜਾ ਰਹੇ ਹੋ ਕਰਨ ਜਾ ਰਹੇ ਹੈ, ਤੈਨੂੰ ਰਿਪੋਰਟਰ ਕਿੰਨੇ ਰੱਖਿਆ, ਤੈਨੂੰ ਇੰਨੀ ਅਕਲ ਨਹੀਂ ਹੈਗੀ, ਤੈਨੂੰ ਇੰਨੀ ਗੱਲ ਦਾ ਨਹੀਂ ਪਤਾ ਕਿ ਕੀ ਕਰਦਾ ਬੰਦਾ ਰਾਤ ਨੂੰ, ਇਹ ਪੁੱਛਣ ਦਾ ਤਰੀਕਾ ਨਾਲੇ, ਕਿਆ ਕਰਨੇ ਜਾ ਰਹੇ ਹੈ ਆਪ, ਜਿਹੜੇ ਕੱਪੜੇ ਪਾਏ ਬੰਦਾ ਉਦਾਂ ਬਦਤਮੀਜ਼ ਜਿਹਾ ਲੱਗਦਾ ਇੱਦਾਂ ਖਲੋਤਾ, ਇਹ ਬਸ ਲੱਗਦੀ ਚੜੇਲ ਲੱਗਦੀ ਜ਼ਿਆਦਾ, ਫਿਰ ਕਹਾਣੀ ਵੀ ਕਿੱਦਾਂ ਸੁਣਾਏਗੀ, ਇੱਕ ਬਾਤ ਯਾਦ ਰੱਖੀਏ, ਰਾਤ ਕੋ 9 ਵਜੇ ਕੇ ਬਾਅਦ ਪੁਤਲੀ ਘਰ ਚੌਂਕ ਕੀ ਗਲੀ ਨੰਬਰ 8 ਮੇ ਆਪਣੇ ਬੱਚੋਂ ਕੋ ਮਤ ਭੇਜੀਏਗਾ, ਪਰ ਕੋਈ ਆਪਕਾ ਇੰਤਜ਼ਾਰ ਕਰ ਰਿਹਾ ਹੋਊਗਾ, ਉਹ ਬੰਦਾ ਉਹਨੂੰ ਚੰਗੀ ਤਰ੍ਹਾਂ ਵੇਖੇ ਨਾ, ਉਹ ਐਂ ਲੱਗਦਾ ਕੋਈ ਹੋਰ ਨਹੀਂ ਇੰਤਜ਼ਾਰ ਕਰਨ ਦਿਆ, ਇਹ ਖਲੋਤੀ ਉੱਥੇ, ਇਹਦੀ ਆਪਣੀ ਚਾਲ ਹੈਗੀ ਹੈ, ਉਹ ਆਪੀ ਰਿਪੋਰਟਰ ਘੱਟ ਬੱਚੇ ਚੁੱਕਣ ਵਾਲੀ ਜ਼ਿਆਦਾ ਲੱਗਦੀ ਹੈ, ਐਸਾ ਸਭ ਡਰਾਉਣੇ ਪ੍ਰੋਗਰਾਮ ਵਾਲੇ ਪੇਸ਼ ਹੋਣਗੇ, ਇਹ ਪ੍ਰੋਗਰਾਮ ਖਤਮ ਹੁੰਦਾ, ਇਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਆ ਜਾਂਦਾ ਜੇ, ਉਹ 'ਚ ਬੰਦੇ ਨੇ ਮੇਰੇ ਵਰਗਾ ਕੋਟ ਪੈਂਟ ਪਾਇਆ ਹੁੰਦਾ, ਚਿੱਬਾ ਜ਼ਿਆਦਾ ਮੂੰਹ ਹੁੰਦਾ, ਉਹ ਵੀ ਪਿੱਛੋਂ ਹਨੇਰੇ 'ਚ ਨਿਕਲ ਕੇ ਆਉਂਦਾ, ਇਹ ਸਾਰੇ ਪਤਾ ਹਨੇਰੇ 'ਚ ਕਿਉਂ ਨਿਕਲ ਕੇ ਆਉਂਦੇ ਰਾਤ, ਉਹ ਵੀ ਹਨੇਰੇ 'ਚ ਨਿਕਲ ਕੇ ਆਉਂਦਾ, ਕਿੱਦਾਂ ਆਏਗਾ, ਸਾਫ ਡਨ, ਬਿਲਕੁਲ ਸਕਰੀਨ ਦੇ ਉੱਤੇ ਕਲੋਜ਼ ਅਪ 'ਚ, ਸਾਫ ਡਨ, ਬੰਦਾ ਉੱਦਾਂ ਡਰ ਜਾਂਦਾ, ਸਾਵਧਾਨ ਹੋ ਜਾਂਦਾ ਬੰਜੇ ਦੇ ਹੀ, ਕੀ ਕਹਿਣਾ ਭਰਾ, ਸਾਫ ਡਨ, ਜਦੀ ਆਪਕੇ ਘਰ ਮੇ ਚੋਰ ਆ ਜਾਏ, ਚੋਰ ਚੋਰੀ ਕਰ ਰਹਾ ਹੋ, ਇਧਰ ਉਧਰ ਮਤ ਦੇਖੀਏ, ਚੋਰ ਕੇ ਨਜ਼ਦੀਕ ਜੋ ਫੋਨ ਪਾ ਹੁਆ ਹੈ, ਉਸ ਫੋਨ ਪਰ ਕੀਜੀਏ 100, ਬੰਦਾ ਪੁੱਛੇ ਇੱਕ ਪਾਸੇ ਚੋਰ ਚੋਰੀ ਕਰਨ ਡਿਆ, ਕਿ ਉਹਨੂੰ ਕਹਾਂਗੇ, ਇੱਕ ਮਿੰਟ ਭਾਜੀ ਪੁਲਿਸ ਨੂੰ ਫੋਨ ਕਰ ਲੈਂਦੇ 100, ਸਾਡਾ ਮਾਮਾ ਲੱਗਦਾ ਉਹਨੇ ਗੋਲੀ ਮਾਰ ਦੇਣੀ ਸਾਨੂੰ, ਵੀ ਕੈਸੀਆਂ ਪੁੱਠੀਆਂ ਸਲਾਹਾਂ ਦਿੰਦੇ, ਚੋਰ 10 ਫੋਨ ਕਰਨ ਦੇ ਗਾ ਲੱਗੇ, ਇਹ ਪ੍ਰੋਗਰਾਮ ਖਤਮ ਹੁੰਦਾ, ਨਾਲੇ ਇੱਕ ਹੋਰ ਪ੍ਰੋਗਰਾਮ ਆਉਂਦਾ ਡਰਾਉਣਾ ਜਿਹਾ, ਉਹਦੇ ਪਿੱਛੋਂ ਚਮਗਾਦੜ ਜੇ ਇੱਦਾਂ ਉੱਡ ਉੱਡ ਕੇ ਆਉਣਗੇ, ਫਿਰ ਇੱਕ ਬੋਲਦੀ ਜਨਾਨੀ, ਦਹਿਸ਼ਤ ਕੀ ਤੀਸਰੀ ਦਸਤਕ 8, ਵੀ ਸਾਨੂੰ ਤਾਂ ਪਹਿਲੀ ਦੂਜੀ ਤਾਂ ਨਹੀਂ ਪਤਾ, ਤੁਸੀਂ ਤੀਸਰੀ ਲੈ ਕੇ ਆ ਗਏ, ਬੰਦਾ ਉੱਥੇ ਡਰੀ ਜਾਂਦਾ ਵਿਚਾਰਾ, ਵੇਖ ਵੇਖ ਕੇ ਪ੍ਰੋਗਰਾਮ ਕੈਸੇ ਪ੍ਰੋਗਰਾਮ ਆਈ ਜਾਣ ਡੇ ਆ, ਇਹ ਪ੍ਰੋਗਰਾਮ ਖਤਮ ਹੁੰਦਾ, ਇੱਕ ਹੋਰ ਪ੍ਰੋਗਰਾਮ ਆ ਜਾਂਦਾ ਜੇ, ਉਹ 'ਚ ਪਿੱਛੋਂ ਆ ਜਾਂਦੀ ਹੈ, ਫਿਰ ਕੋਈ ਹੈ, ਵੀ ਸਾਨੂੰ ਤਾਂ ਇੰਨਾ ਨਹੀਂ ਪਤਾ ਕਿ ਪਹਿਲਾਂ ਕੌਣ ਹੈ, ਤੁਸੀਂ ਕਹਿਣ ਡੇ ਫਿਰ ਕੋਈ ਹੈ, ਅਤੇ ਕੌਣ ਹੈ ਯਾਰ, ਕੌਣ ਤੰਗ ਕਰਨ ਡਿਆ, ਕੌਣ ਹੈ ਦੱਸੋ ਨਾ, ਐਵੇਂ ਡਰਾਈ ਜਾਣ ਡੇ, ਦੱਸ ਇੱਧਰੋਂ ਰਾਤ ਦੇ 11 ਵਜਦੇ ਇੱਕ ਬਾਬਾ ਜੀ ਆ ਜਾਂਦੇ ਆ, ਬਾਬਾ ਜੀ ਆਉਂਦੇ ਸਤਸੰਗ ਇੱਦਾਂ ਕਰਦੇ, ਉੱਦਾਂ ਲੱਗਦਾ ਸਤਸੰਗ ਨਹੀਂ ਕਰਨ ਦੇ, ਪ੍ਰਵਚਨ ਨਹੀਂ ਕਰਨ ਦੇ, ਬੰਦੇ ਨੂੰ ਡਰਾਉਣ ਡੇ ਆ, ਉਹ ਪ੍ਰਵਚਨ ਉਹ ਕਿੱਦਾਂ ਕਰਦੇ ਆ, ਕਦੇ ਕਿਆ ਕਰ ਰਿਹਾ, ਉੱਠ ਕਦੇ ਕਿਆ ਕਰ ਰਿਹਾ, ਜੇ ਸੋਨੇ ਕਾ ਟਾਈਮ ਹੈ, ਉੱਠ ਕਿਆ ਕਰਨੇ ਜਾ ਰਿਹਾ, ਅਰੇ ਤੂੰ ਭਗਵਾਨ ਕੋ ਬੁਲਾ ਲਿਆ, ਭਗਵਾਨ ਤੁਝੇ ਸਜ਼ਾ ਦੇਗਾ, ਉੱਠ ਕੇ ਬਾਤ ਕਰ, ਮੇਰੇ ਸੇ ਬਾਤ ਕਰ, ਸੀਧੀ ਭਗਵਾਨ ਸੇ ਬਾਤ ਕਰਾਊਂਗਾ, ਤੇਰੀ ਭਗਵਾਨ ਕੋ ਤੂਨੇ ਰੁਸ਼ਟ ਕਰ ਦਿਆ, ਤੇਰੀ ਭਗਵਾਨ ਕੋ ਬੁਲਾਉਣਾ ਚਾਹਤਾ ਤਾਂ ਮੇਰੀ ਬਾਤ ਸੁਣ, ਕਦੇ ਉੱਠ, ਉਹ ਬੰਦਾ ਡਰ ਦਿੰਦਾ ਨਹੀਂ, ਫੁੱਫੜ ਜੀ ਮੈਂ ਉੱਠਦਾ, ਪਲੀਜ਼ ਗੁੱਸਾ ਨਾ ਕਰੋ, ਬੰਦਾ ਉੱਥੇ ਡਰੀ ਜਾਂਦਾ, ਦੱਸ ਕੈਸੀ ਕਲਪਾਈ ਲਾਈ ਬਾਬਾ ਜੀ, ਬੰਦਾ ਅਜੇ ਸੌਣ ਨਹੀਂ ਲੱਗਦਾ, 12 ਵਜੇ ਇੱਕ ਬਾਬਾ ਜੀ ਹੋਰ ਆ ਜਾਂਦੇ ਆ, ਮੂਰਖ ਬੱਚਾ ਉੱਠ, ਕਿਆ ਕਰਨੇ ਜਾ ਰਹੇ ਹੋ, ਸਾਰੇ ਇਹ ਕਿਉਂ ਪੁੱਛਣ ਡੇ ਵੀ ਕਿਆ ਕਰਨੇ ਜਾ ਰਹੇ ਹੋ, ਰਾਤੀ ਸੌਂਦਾ ਯਾਰ ਕੀ ਕਰੀਦਾ, ਉੱਠ ਮੂਰਖ ਪ੍ਰਾਣੀ, ਵਿਆਮ ਕਰ, ਸਾਂਸ ਕੋ ਨਾਕ ਸੇ ਅੰਦਰ ਖੀਚ, ਜ਼ੋਰ ਲਗਾ ਕੇ ਰੱਖ, ਅਬ ਬਾਹਰ ਨਿਕਾਲ ਮੂੰਹ ਸੇ, ਵੀ ਇਹ ਤਾਂ ਉੱਦਾਂ ਵੀ ਕਰੀਦਾ, ਬਾਬਾ ਜੀ ਕੋਈ ਹੋਰ ਗੱਲ ਦੱਸੋ, ਇੱਦਾਂ ਦੀਆਂ ਗੱਲਾਂ ਦੱਸਣਗੇ, ਫਿਰ ਪਤਾ ਕੀ ਕਰਨਗੇ, ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਦੱਸਣਗੇ, ਆਪ ਐਸੇ ਕਰੋ, ਬਾਜੂ ਕੋ ਪਿੱਛੇ ਲਓ, ਟਾਂਕੋ ਐਸੇ ਕਰੋ, ਐਸੇ ਮਰੋੜੋ, ਟਾਂਕੋ ਸਿਰ ਕੇ ਉੱਪਰ ਸੇ ਲਓ, ਐਸੇ ਕਰਨੇ ਕੀ ਕੋਸ਼ਿਸ਼ ਕਰੋ, ਉਹ ਬੰਦਾ ਕਲਪਦਾ ਰਹਿੰਦਾ, ਐਸੇ ਕਰਨੇ ਕੀ ਕੋਸ਼ਿਸ਼ ਕਰੋ, ਯਾ ਹਾਂ ਐਸੇ ਕਰਨੇ ਕੀ ਕੋਸ਼ਿਸ਼ ਕਰੋ, ਐਸਾ ਕਰਨੇ ਸੇ ਪ੍ਰਾਣਾਯਾਮ, ਉਹ ਬੰਦਾ ਵਿਚਾਰਾ ਦੱਸ ਵੀ ਸੌਣ ਦਾ ਟਾਈਮ ਹੋਣ ਡਿਆ, ਕਿਹੜੇ ਕੰਮਾਂ 'ਚ ਪਾਉਣ ਡੇ ਤੁਸੀਂ, ਇਹੋ ਜਿਹੀ ਗੱਲਬਾਤ ਹੁੰਦੀ ਹੈ, 12 ਵਜੇ ਤੋਂ ਬਾਅਦ ਪ੍ਰੋਗਰਾਮ ਹੀ ਇਹੋ ਜਿਹਾ ਹੁੰਦਾ ਕਿ ਬੰਦਾ ਉੱਦਾਂ ਨਹੀਂ ਸੌਂ ਸਕਦਾ, ਪ੍ਰੋਗਰਾਮ ਕੈਸਾ ਹੁੰਦਾ ਵਾ, ਉੱਥੇ ਗਾਣੇ ਆ ਜਾਂਦੇ ਮਿਡ ਨਾਈਟ ਹੋਟ, ਹੋਰ ਤਰ੍ਹਾਂ ਦੇ ਗਾਣੇ, ਨਿੱਕੇ ਨੇ ਕੱਪੜੇ ਪਾਏ ਹੁੰਦੇ ਕੁੜੀ ਨੇ, ਅੱਗੇ ਆ ਗਾਣਾ ਪਤਾ ਕਿਹੜਾ ਬੋਲਦੀ ਹੈ, ਸ਼ਰਮਾ ਗਈ ਮੈਂ ਹਾਏ ਹਾਏ, ਘਬਰਾ ਗਈ ਮੈਂ ਹਾਏ ਹਾਏ, ਸ਼ਰਮਾ ਗਈ ਮੈਂ ਹਾਏ ਹਾਏ, ਘਬਰਾ ਗਈ ਮੈਂ ਹਾਏ ਹਾਏ, ਸ਼ਰਮਾ ਗਈ ਮੈਂ, ਘਬਰਾ ਗਈ ਮੈਂ, ਮੁਸਕਾਨ ਮੇਰੇ ਲਈ ਸ਼ਰਮਾ ਗਈ ਮੈਂ, ਸ਼ਰਮਾ ਗਈ ਮੈਂ, ਬੰਦੇ ਦੀਆਂ ਅੱਖਾਂ ਇੱਦਾਂ ਉਗਣੀਆਂ ਰਹਿ ਜਾਂਦੀਆਂ,
ਬੰਦਾ ਪੁੱਛੇ ਤੈਨੂੰ ਕਿੰਨੇ ਕਿਹਾ ਵਾ ਕਿ ਏਡੇ ਛੋਟੇ ਛੋਟੇ ਕੱਪੜੇ ਪਾ ਕੇ ਰਾਤ ਨੂੰ ਆ, ਹੁਣ ਦਿਨ ਬੜੀ ਸ਼ਰਮ ਆਉਣ ਦੀ, ਪਹਿਲਾਂ ਹੀ ਚੇਤਾ ਆਇਆ। ਸੋ ਇਹੋ ਜਿਹੇ ਪ੍ਰੋਗਰਾਮ ਆਉਂਦੇ ਆ ਭਰਾ, ਪ੍ਰੋਗਰਾਮ ਦੇਣ ਵਾਲਿਓ, ਕੁਝ ਸੋਚੋ ਲੋਕਾਂ ਦਾ, ਚੈਨ ਉਹਨਾਂ ਨੂੰ ਸੌਣ ਦੇ ਦਿਓ। ਥੈਂਕ ਯੂ ਵੈਰੀ ਮਚ। ਮਿੰਟੂ ਦੀ ਇਹ ਕਮਾਲ ਦੀ ਪੇਸ਼ਕਾਰੀ, ਇਹਦੀਆਂ ਗੱਲਾਂ ਸੁਣ ਕੇ ਲੱਗਦਾ ਜੀ ਕਿਤੇ ਜਨਾਨੀਆਂ 'ਚ ਬੈਠਾ ਰਹਿੰਦਾ ਮੈਨੂੰ ਲੱਗਦਾ। ਇਹ ਜਿੱਦਾਂ ਰੰਨਾ 'ਚ ਧੰਨਾ ਹੁੰਦਾ, ਇਹਨੇ ਵਿੱਚ ਬਹਿ ਕੇ ਕਿਤੇ ਗੱਲਾਂ ਸੁਣੀਆਂ, ਇੰਨੀਆਂ ਗੱਲਾਂ ਬੰਦਾ ਅੰਦਾਜ਼ਾ ਨਹੀਂ ਲਾ ਸਕਦਾ। ਸੋ ਕਹਿਣ ਦਾ ਮਤਲਬ ਇਹ ਜੀ ਕਿ ਬੀਵੀ ਔਰ ਟੀਵੀ ਦਾ ਜਿਹੜਾ ਇਹਨੇ ਦੱਸਿਆ ਜੀ, ਮਤਲਬ ਆਪਸ 'ਚ ਕੀ ਸਿਮਿਲਰਟੀਜ਼ ਨੇ ਅਤੇ ਕਿੱਥੇ ਕਿੱਥੇ ਡਿਫਰੈਂਸ਼ੀਏਟ ਕਰਦੇ ਇੱਕ ਦੂਸਰੇ ਨੂੰ, ਇਹ ਵਾਕਈ ਗੱਲਾਂ ਬਹੁਤ ਪਾਏਦਾਰ ਹੈ ਜੀ। ਔਰ ਟੀਵੀ ਔਰ ਬੀਵੀ ਦਾ ਸਾਥ ਵੀ ਬੜਾ ਜੇ, ਇਹ ਤਾਂ ਜਨਾਨੀਆਂ ਨੂੰ ਟੀਵੀ ਦੀ ਇੰਨੀ ਐਡਿਕਸ਼ਨ ਹੈ, ਤਾਂ ਹੀ ਤਾਂ ਘਰ ਦੇ ਵੀ ਸਿਆਣੇ ਹੁੰਦੇ ਨੇ, ਦਾਜ ਵਿੱਚ ਸਭ ਤੋਂ ਪਹਿਲਾਂ ਟੀਵੀ ਹੀ ਦਿੰਦੇ ਨੇ ਵੀ ਆਹਲਾ ਕੁੜੀਏ ਕੋਈ ਕੰਮ ਕਰੀ ਨਾ ਕਰੀ ਇਹਦੇ ਅੱਗੋਂ ਨਾ ਉੱਠੀ, ਉਹ ਤਾਂ ਸਗਨ 'ਚ ਹੀ ਫੜਾ ਜਾਂਦੇ ਹਨ ਵੀ ਇਹ ਤਾਂ ਜ਼ਰੂਰੀ ਹੈ ਜ਼ਿੰਦਗੀ 'ਚ, ਬੰਦਾ ਉਨਾ ਜ਼ਰੂਰੀ ਨਹੀਂ ਜਿੰਨਾ ਟੀਵੀ ਜ਼ਰੂਰੀ। ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਜਨਾਨੀਆਂ ਵਿਚਾਰੀਆਂ ਕਰਨ ਵੀ ਕੀ, ਬੰਦੇ ਚਲੇ ਜਾਂਦੇ ਕੰਮਾਂ ਕਾਰਾਂ ਨੂੰ, ਘਰ ਬਹਿ ਕੇ ਹੁਣ ਵਿਚਾਰੀਆਂ ਟਾਈਮ ਪਾਸ ਤਾਂ ਕਰਨਾ ਹੁੰਦਾ ਨਾ, ਉਹ ਸਾਰਾ ਦਿਨ ਘਰ ਦੇ ਕੰਮ ਇੰਨੇ ਹੁੰਦੇ ਨੇ, ਥੱਕ ਟੁੱਟ ਜਾਂਦੀਆਂ ਵਿਚਾਰੀਆਂ। ਇੱਦਾਂ ਦੀ ਇੱਕ ਥੱਕੀ ਟੁੱਟੀ ਬੀਬੀ ਬੈਠੀ ਹੈ ਜੇ ਥੱਕ ਟੁੱਟ ਕੇ ਤਾਂ ਫੋਨ ਵੱਜਿਆ, ਫੋਨ ਚੁੱਕਿਆ, ਉੱਧਰੋਂ ਆਵਾਜ਼ ਹੈ, ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ, ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੇ? ਬਸ ਕੀ ਦੱਸਣਾ, ਬੁਰੇ ਹਾਲ ਨੇ, ਮੈਂ ਤਾਂ ਕੰਮ ਕੁੰਮ ਕਰਕੇ ਅਜੇ ਮਸਾਂ ਹੀ ਹਟੀ ਹਾਂ, ਹੱਡ ਪੈਰ ਦੁਖਣ ਡੇ, ਮੇਰੇ ਕੋਲ ਤਾਂ ਉੱਠਿਆ ਨਹੀਂ ਜਾਣ ਡਿਆ ਧਰਮ ਨਾਲ, ਮੇਰੀ ਤਾਂ ਇੰਨੀ ਹਿੰਮਤ ਨਹੀਂ ਵੀ ਉੱਠ ਕੇ ਨਿਆਣੇ ਨਵਾ ਦਿਆਂ ਮੈਂ, ਮੇਰਾ ਤਾਂ ਰੋਟੀ ਪਾਣੀ ਪਕਾਉਣ ਨੂੰ ਜੀ ਨਹੀਂ ਕਰਨ ਡਿਆ। ਉਧਰੋਂ ਹਾਏ ਹਾਏ ਭੈਣ ਜੀ, ਘਬਰਾਓ ਨਾ ਤੁਸੀਂ, ਇੱਦਾਂ ਕਰੋ ਮੈਂ ਆਉਂਦੀ ਹਾਂ ਹੁਣੇ ਘੰਟੇ ਕੁ ਤੱਕ ਪਹੁੰਚਦੀ ਹਾਂ ਤੁਹਾਡੇ ਵੱਲ, ਅਤੇ ਰੋਟੀ ਪਾਣੀ ਮੈਂ ਪਕਾ ਦਿਆਂਗੀ ਸਾਰਾ, ਅਤੇ ਬੱਚੇ ਮੈਨੂੰ ਆ ਦਿੰਦੀ ਆ ਕੇ, ਅਤੇ ਨਾਲੇ ਤੁਹਾਨੂੰ ਥੋੜ੍ਹਾ ਘੁੱਟ ਦਿੰਦੀ ਆ ਕੇ, ਲੱਤਾਂ ਲੱਤੋਂ ਘੁੱਟ ਦਿੰਦੀ ਹੈ, ਤੁਸੀਂ ਉੱਠਿਓ ਨਾ, ਕੰਮ ਨਾ ਕਰਿਓ। ਹਾਂ ਚਲੋ ਆ ਜਾਓ ਫਿਰ ਹੈਂ। ਅਤੇ ਭਰਾ ਜੀ ਗਏ ਨੇ ਦਫ਼ਤਰ? ਕਿਹੜੇ ਭਰਾ ਜੀ? ਹਾਏ ਹਸਬੈਂਡ ਤੁਹਾਡੇ ਦਫ਼ਤਰ ਕਿਹੜੇ? ਉਹਨਾਂ ਦੀ ਤਾਂ ਦੁਕਾਨ ਹੈ। ਗੱਲ ਸੁਣੋ, ਤੁਸੀਂ 2556-222 ਤੋਂ ਨਹੀਂ ਬੋਲਣ ਡੇ? ਨਹੀਂ ਨਹੀਂ, 2556-222 ਤੋਂ ਨਹੀਂ। ਅੱਛਾ ਸੋਰੀ, ਕਹਿੰਦੀ ਰੋਂਗ ਨੰਬਰ ਹੈ ਫਿਰ, ਆਏ ਰੋਂਗ ਨੰਬਰ ਤਾਂ ਠੀਕ ਹੈ, ਪਰ ਇਹ ਦੱਸੋ ਆ ਰਹੇ ਹੋ ਕਿ ਨਹੀਂ? ਸੋ ਇਸ ਕਰਕੇ ਮੈਂ ਕਹਿੰਦਾ ਜੀ, ਟਾਈਮ ਪਾਸ ਕਰਨਾ ਵੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ, ਔਰ ਟਾਈਮ ਪਾਸ ਖੂਬਸੂਰਤੀ ਨਾਲ ਹੋਵੇ, ਇਸ ਤਰੀਕੇ ਨਾਲ ਹੋਵੇ ਜਿੱਦਾਂ ਹੁਣ ਅਸੀਂ ਕਰ ਰਹੇ ਹਾਂ, ਮੇਰੇ ਖਿਆਲ ਨਾਲ ਸਭ ਤੋਂ ਬੈਟਰ ਵੇ ਹੈ, ਕਿਉਂਕਿ ਜੇ ਇਸ ਤਰ੍ਹਾਂ ਹੱਸਦਿਆਂ ਟਾਈਮ ਪਾਸ ਨਾ ਹੋਵੇ ਤਾਂ ਫਿਰ ਜ਼ਿੰਦਗੀ ਫੇਲ ਹੋ ਜਾਂਦੀ ਹੈ। ਸੋ ਸਾਡਾ ਅਗਲਾ ਫਨਕਾਰ ਵੀ ਕੁਛ ਇਸੇ ਤਰ੍ਹਾਂ ਦਾ ਮੈਸੇਜ ਲੈ ਕੇ ਆ ਰਿਹਾ ਆਪਣੀ ਪਰਫਾਰਮੈਂਸ ਦੇ ਵਿੱਚ, ਗਿਵ ਹਿਮ ਬਿਗ ਹੈਂਡ, ਮੇਰੀ ਮੁਰਾਦ ਬਲਰਾਜ ਸਿਆ। ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਦੇ ਸ਼ਰਾਬੀ ਬੰਦੇ ਦੀ। ਮੇਰਾ ਇੱਕ ਦੋਸਤ ਹੈ ਸ਼ਰਾਬੀ, ਸ਼ਰਾਬ ਪੀ ਕੇ ਕਿਸੇ ਘਰ ਅਫਸੋਸ ਕਰਨ ਚਲਾ ਗਿਆ, 5 ਮਿੰਟਾਂ ਬਾਅਦ ਪੁੱਠੇ ਪਿਆਰ ਵਾਪਸ ਆ ਗਿਆ। ਮੈਂ ਕਿਹਾ ਯਾਰ ਤੂੰ ਅਫਸੋਸ ਕਰਨ ਗਿਆ ਸੀ, ਵਾਪਸ ਆ ਗਿਆ, ਅਫਸੋਸ ਨਹੀਂ ਕੀਤਾ? ਭਰਾਵਾ ਅਫਸੋਸ ਘਟਾ ਕਰਨਾ, ਮੇਰਾ ਕਿਸੇ ਨੇ ਹੱਸ ਕੇ ਗੱਲ ਹੀ ਨਹੀਂ ਕੀਤੀ। ਐਡਾ ਸ਼ਰਾਬੀ ਬੰਦਾ ਸ਼ਰਾਬ ਪੀ ਕੇ ਆਪਣੀ ਬੋਟੀ ਨੂੰ ਕਹਿਣ ਡਿਆ ਹੁੰਦਾ, ਭਗਵਾਨ ਜੇ ਐਤਕੀ ਤਨਖਾਹ ਟਾਈਮ ਸਿਰ ਮਿਲ ਗਈ ਨਾ ਤਾਂ ਤੇਰੇ ਵੀ ਹੱਥ ਪੀਲੇ ਕਰ ਹੀ ਦੇਣੇ। ਗੱਲ ਕਰਦੇ ਅਦਨਾਨ ਸਾਮੀ ਜੀ ਦੀ। ਅਦਨਾਨ ਸਾਮੀ ਜੀ ਇੱਕ ਦਿਨ ਕਿਸੇ ਪਤਲੇ ਜਿਹੇ ਬੰਦੇ ਨਾਲ ਖੜ੍ਹੇ, ਉਹਨੂੰ ਕਹਿੰਦੇ, ਉਧਰੋ ਉਹ ਤੈਨੂੰ ਦੇਖ ਕੇ ਲੱਗਦਾ ਤੂੰ ਰੋਟੀ ਨਹੀਂ ਖਾਂਦਾ, ਇੰਨਾ ਕਮਜ਼ੋਰ ਹਾਂ, ਭਾਰਤ 'ਚ ਅਕਾਲ ਪੈ ਗਿਆ? ਕਹਿੰਦਾ ਹਾਂਜੀ ਜਨਾਬ, ਤੁਹਾਨੂੰ ਦੇਖ ਕੇ ਸਮਝ ਆਉਂਦੀ ਅਕਾਲ ਕਿਉਂ ਪਿਆ? ਜੇ ਕਿਤੇ ਅਦਨਾਨ ਸਾਮੀ ਜੀ ਸਿੰਗਰ ਨਾ ਹੁੰਦੇ ਤਾਂ ਢਿੱਡ ਤੋਂ ਆਪਣੇ ਫਾਇਦੇ ਲੈਂਦੇ ਹੁੰਦੇ, ਕਮੇਟੀ ਘਰ 'ਚ ਲੱਗੇ ਹੁੰਦੇ ਅਤੇ ਜਿਹੜੀਆਂ ਗੱਡੀਆਂ ਗਲਤ ਪਾਰਕ ਹੋਈਆਂ ਢਿੱਡ ਨਾਲ ਜਾ ਕੇ ਸਹੀ ਕਰਦੇ ਹੁੰਦੇ। ਕਿਵੇਂ ਕਰਦੇ? ਇੰਨਾ ਮੋਟਾ ਢਿੱਡ ਉਹਨਾਂ ਨੇ 20 ਸਾਲ ਤੋਂ ਆਪਣੀ ਧੁਨੀ ਨਹੀਂ ਜੇ ਵੇਖੀ। ਅਦਨਾਨ ਸਾਮੀ ਨੂੰ ਢਿੱਡ ਦੇ ਹੋਰ ਵੀ ਬੜੇ ਫਾਇਦੇ ਨੇ, ਜਿੱਦਣ ਮੀਂਹ ਪੈਂਦਾ ਨਾ ਉਹਨਾਂ ਦੇ ਪੈਰ ਨਹੀਂ ਗਿੱਲੇ ਹੁੰਦੇ, ਉਹਦੇ ਢਿੱਡ ਜੋ ਆ ਜਾਂਦਾ। ਦਰਜੀ ਕੋਲ ਚਲੇ ਜਾਣਾ ਪੈਂਟ ਸਵਾਣ, ਦਰਜੀ ਹੱਥ ਜੋੜ ਦਿੰਦਾ, ਕਹਿੰਦਾ ਬਾਹ ਜੀ ਅਸੀਂ ਪੈਂਟ ਸੀਨੇ ਆ, ਟੈਂਟ ਨਹੀਂ। ਇੰਨੇ ਵਜ਼ਨਦਾਰ ਨੇ ਕਿਤੇ ਜੁੱਤੀਆਂ ਲੈਣ ਬਾਜ਼ਾਰ ਚਲੇ ਜਾਣ ਨਾ, ਹਲੇ ਦੁਕਾਨ ਦੇ ਅੰਦਰ ਵੜਦੇ ਨਹੀਂ, ਜੁੱਤੀਆਂ ਪਹਿਲੇ ਡਰ ਕੇ ਲੁੱਕ ਜਾਂਦੀਆਂ, ਕਿਤੇ ਮੇਰੇ ਨਾਲ ਹੀ ਨਾ ਭੇਜ ਦੇਣ। ਇੱਕ ਬੂਟ ਬਣਾਉਣ ਵਾਲੀ ਕੰਪਨੀ ਨੇ ਅਦਨਾਨ ਸਾਮੀ ਤੋਂ ਕੇਸ ਕਰਤਾ, ਕਹਿੰਦੇ ਵੀ ਤੁਹਾਨੂੰ ਬੂਟ ਪਾਉਣ ਵਾਸਤੇ ਦਿੰਦੇ ਹਾਂ, ਤੁਸੀਂ ਚੀਕਾਂ ਕਢਾ ਦਿੰਦੇ ਹੋ। ਮੇਰੇ ਕੋਲ ਆਏ ਇੱਕ ਦਿਨ, ਕਹਿੰਦੇ ਯਾਰ ਇੱਦਾਂ ਵਾ ਆਪਾਂ ਨਾ ਸਟੇਸ਼ਨ ਜਾਣਾ। ਮੈਂ ਕਿਹਾ ਕੋਈ ਗੱਲ ਨਹੀਂ ਚੱਲਦੇ ਹਾਂ, ਅਸੀਂ ਘਰੋਂ ਬਾਹਰ ਨਿਕਲੇ ਹਾਂ, ਮੈਨੂੰ ਪਤਾ ਸੀ ਕਿਸੇ ਗੱਡੀ 'ਚ ਤਾਂ ਪੂਰੇ ਆਉਣੇ ਨਹੀਂ। ਮੈਂ ਟਾਂਗੇ ਵਾਲੇ ਨੂੰ ਆਵਾਜ਼ ਮਾਰੀ, ਮੈਂ ਕਿਹਾ ਉਹ ਟਾਂਗਾ ਇੱਧਰਾ, ਸਟੇਸ਼ਨ ਜਾਣਾ 2 ਸਵਾਰੀਆਂ, ਕਿੰਨੇ ਪੈਸੇ? ਉਹਨੇ ਇੱਕ ਵਾਰੀ ਤਾਂ ਮੇਰੇ ਵੱਲ ਦੇਖਿਆ, ਨਾਲ ਹੀ ਵੇਖਿਆ ਸਾਮੀ ਸਾਹਿਬ ਵੱਲ, ਕਹਿੰਦਾ 5000 ਰੁਪਈਆ। ਮੈਂ ਕਿਹਾ 5000 ਰੁਪਇਆ, ਤੇਰਾ ਦਿਮਾਗ ਖਰਾਬ ਹੋ ਗਿਆ, 2 ਸਵਾਰੀਆਂ? ਕਹਿੰਦਾ ਬਾਓ ਜੀ ਹਲੇ ਮੈਂ ਘੋੜੇ 'ਤੇ ਚੋਰੀ ਦੱਸਣ ਡਿਆ ਜੇ। ਇੰਨੀ ਦੇਰ ਨੂੰ ਘੋੜੇ ਨੇ ਆਵਾਜ਼ ਸੁਣ ਲਈ, ਘੋੜਾ ਕਹਿੰਦਾ ਓਏ ਮਾਲਕਾ ਇੱਧਰ ਆ। ਕਹਿੰਦਾ ਹਾਂ, ਇਹਨੂੰ ਕਹਿ ਦੇ
ਮੈਂ ਨਹੀਂ ਜਾਣਾ। ਅਦਨਾਨ ਸਾਮੀ ਜੀ ਕਿਸੇ ਨੂੰ ਖੂਨ ਦੇਣਗੇ ਹੋਸਪਿਟਲ ਦੇ ਵਿੱਚ, ਇੰਨੇ ਵਜ਼ਨਦਾਰ ਨੇ, ਜਿਹਨੂੰ ਖੂਨ ਦੇਣਾ ਸੀ ਵਿਚਾਰਾ ਬੰਦਾ ਪਤਲਾ ਜਿਹਾ। ਡਾਕਟਰ ਨੇ ਸੂਈ ਇੱਕ ਇੱਧਰ ਲਾਈ ਇੱਕ ਇੱਧਰ ਲਾਈ, ਸਾਮੀ ਸਾਹਿਬ ਨੇ ਖੂਨ ਦੇਣਾ ਸ਼ੁਰੂ ਕੀਤਾ। ਇਹਨਾਂ ਦੇ ਖੂਨ ਦਾ ਪ੍ਰੈਸ਼ਰ ਇੰਨਾ ਤੇਜ਼ ਸੀ ਬੰਦਾ ਫੱਟ ਕੇ ਮਰ ਗਿਆ। ਜਦੋਂ ਅਦਨਾਨ ਸਾਮੀ ਸਾਹਿਬ ਜੰਮਣ ਲੱਗੇ ਸੀ, ਇਹ ਜੰਮੇ ਤਾਂ ਕਿਸੇ ਨੇ ਪੁੱਛਿਆ, ਹਾਂਜੀ ਭਾਈ ਸਾਹਿਬ ਕੀ ਹੋਇਆ? ਕਹਿੰਦੇ ਪਤਾ ਨਹੀਂ ਜੀ, ਹਾਲੇ ਤੱਕ ਤਾਂ ਹੋ ਹੀ ਜਾਂਦਾ। ਥੈਂਕ ਯੂ ਵੈਰੀ ਮੱਚ। ਸੋ ਜੀ, ਸਾਡੇ ਇਹਨਾਂ ਫੁੱਲਾਂ ਦੀ, ਯਾਨੀ ਕਿ ਸਾਡੇ ਇਹਨਾਂ ਕਲਾਕਾਰਾਂ ਦੀ, ਸਾਡੇ ਇਹਨਾਂ ਕਮੇਡੀਅਨਸ ਦੀ ਕੋਸ਼ਿਸ਼ ਹੁੰਦੀ ਹੈ ਕਿ ਹਿਊਮਰ, ਹਾਸਾ ਜ਼ਿੰਦਗੀ ਦੇ ਜਿਸ ਕੋਨੇ 'ਚੋਂ, ਜਿਸ ਕਣ 'ਚੋਂ ਲੱਭੇ, ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ। ਸੋ ਜ਼ਿੰਦਗੀ ਦੇ ਵਿੱਚ ਹਾਸਾ ਐਕਚੁਅਲੀ ਤੁਰਿਆ ਫਿਰਦਾ, ਸਿਰਫ ਉਹਨੂੰ ਲੱਭਣਾ ਕਿਸੇ ਕਿਸੇ ਨੂੰ ਆਉਂਦਾ, ਕਿਉਂਕਿ ਮੱਖਣ ਦੁੱਧ ਦੇ ਵਿੱਚ ਹੁੰਦਾ, ਜਿਹੜਾ ਰਿੜਕ ਲਵੇ ਮੱਖਣ ਨਿਕਲਦਾ ਉਹਦੇ ਕੋਲੋਂ। ਸੋ ਜ਼ਿੰਦਗੀ ਦਾ ਇਹ ਮੱਖਣ ਸਮਝਦਾ ਮੈਂ, ਜਿਹੜਾ ਹਾਸਾ, ਅਸੀਂ ਕਿੱਦਾਂ ਇਹ ਹਾਸਾ ਕਲੈਕਟ ਕਰੀਦਾ, ਤੁਸੀਂ ਜਿਹੜੀਆਂ ਗੱਲਾਂ ਨੋਟ ਨਹੀਂ ਕਰਦੇ ਅਸੀਂ ਨੋਟ ਕਰੀਦੀਆਂ ਕਿ ਹੁਣ ਮੌਸਮ ਦੇ ਵਿੱਚ ਵੀ ਹਾਸਾ ਹੁੰਦਾ। ਕਈ ਵਾਰੀ ਇੱਦਾਂ ਰੋਡ 'ਤੇ ਤੁਰੇ ਜਾਂਦੇ ਹੋਈਏ, ਘਰੋਂ ਨਿਕਲੇ ਕਿਸੇ ਪਾਸੇ ਜਾ ਰਹੇ, ਅਚਾਨਕ ਬਰਸਾਤ ਸ਼ੁਰੂ ਹੋ ਜਾਂਦੀ ਹੈ, ਸਾਡੇ ਐਟੀਟਿਊਡ 'ਚ ਹਾਸਾ ਹੁੰਦਾ। ਹੁਣ ਸਾਹਮਣੇ ਬਰਸਾਤ ਉੱਤੋਂ ਸ਼ੁਰੂ ਹੋ ਗਈ, ਅਸੀਂ ਇੱਕਦਮ ਸਾਰੇ ਜਣੇ ਕੀ ਕਰਦੇ ਹਾਂ, ਤੁਰੇ ਜਾਂਦੇ, ਮੀਂਹ ਸ਼ੁਰੂ ਹੋ ਗਏ, ਬੰਦਾ ਪੁੱਛੇ ਵੀ ਇਹ ਤਾਂ ਹੁਣ ਮੀਂਹ ਰੋਕ ਲਿਆ ਮੈਂ, ਜਿੱਦਾਂ ਅਸੀਂ ਤਾਂ ਮੇਰੇ ਹੱਥਾਂ ਨਾਲ ਰੁਕ ਗਿਆ, ਜਿਹੜੀ ਛਤਰੀਆਂ ਨਾਲ ਨਹੀਂ ਰੁਕਦਾ, ਬੰਦਾ ਫਿਰ ਭੇਜ ਜਾਂਦਾ। ਹਰ ਬੰਦਾ ਚੰਗਾ ਵਾਲਾ ਬੰਦਾ ਵੀ ਐਂ ਕਰਨ ਲੱਗ ਪੈਂਦਾ ਵੀ ਜਦੋਂ ਹੁਣ ਇਹਨੇ ਮੀਂਹ ਰੋਕ ਲਿਆ। ਬਹੁਤੀ ਗਰਮੀ ਜਦੋਂ ਪੈਂਦੀ ਹੁੰਦੀ ਨਾ, ਜਦੋਂ ਧੁੱਪ ਤੁਹਾਨੂੰ ਸਾੜਦੀ ਹੈ ਤੁਹਾਡਾ ਪਿੰਡਾ, ਇੱਕ ਜਨਰਲ ਐਟੀਟਿਊਡ ਸਾਰਿਆਂ ਦਾ ਹੁੰਦਾ, ਤੁਰੇ ਜਾਣਗੇ ਨਾਲੇ ਸੜਕ 'ਤੇ ਪੈਦਲ ਨਾਲੇ। ਬੰਦਾ ਪੁੱਛਿਆ ਵੀ ਚਾਰ ਫੂਕਾਂ ਮਾਰ ਕੇ ਸੂਰਜ ਬੁਝਾ ਲਏਗਾ ਭਰਾ ਮੇਰੇ, ਪਰ ਪਤਾ ਨਹੀਂ ਕਿਉਂ ਸਾਰੇ ਇੱਦਾਂ ਕਰਦੇ ਨੇ। ਇੱਕ ਜਦੋਂ ਬਹੁਤੀ ਠੰਡ ਲੱਗਦੀ ਹੈ ਨਾ, ਉਦੋਂ ਬੜਾ ਮੈਨੂੰ ਹਾਸਾ ਆਉਂਦਾ ਜੇ, ਜੋ ਠੰਡ ਲੱਗਦੀ ਲੋਕਾਂ ਨੂੰ ਸਾਰੇ ਵੇਖਣਾ ਨੇ, ਠੰਡ 'ਚ ਜਾਈ 'ਚੋਂ ਨਿਕਲ ਕੇ ਬਾਹਰ ਗੇਟ ਖੋਲਣ ਜਾਣਾ ਪਵੇ ਜਾਂ ਕਿਚਨ ਤੱਕ ਜਾਣਾ ਪਵੇ, ਨਿੱਕਾ ਮੋਟਾ ਕੋਈ ਕੰਮ ਕਰਨਾ ਪਵੇ ਨਾ, ਉਦੋਂ ਦੇਖੋ ਸਾਡੀ ਬਾਡੀ ਲੈਂਗੁਏਜ ਕੀ ਕਰਦੀ ਹੁੰਦੀ, ਜਦੋਂ ਨਿਕਲੇ ਰਜਾਈ 'ਚੋਂ। ਬੰਦਾ ਪੁੱਛੇ ਵੀ ਠੰਡ ਕੋਲੋਂ ਚੋਰੀ ਲੰਘ ਜਾਓਗੇ ਕਿਸੇ ਪਾਸੋਂ, ਠੰਡ ਨੂੰ ਪਤਾ ਨਹੀਂ ਲੱਗਣਾ ਵੀ ਉਹ ਜਾਣ ਡੇ, ਭਾਵੇਂ ਐਂ ਘਰ 'ਤੇ ਭਾਵੇਂ ਉਹ ਕਰ, ਠੰਡ 'ਤੇ ਆ ਕੇ ਲੱਗ ਹੀ ਜਾਣੀ ਕਿਸੇ ਪਾਸੋਂ। ਸੋ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਹਿਊਮਰ, ਹਾਸਾ ਹੁੰਦਾ ਜੀ। ਸਾਡੇ ਵੀ ਜਿਹੜੇ ਕਲਾਕਾਰ ਨੇ, ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਿਊਮਰ, ਹਾਸਾ ਇਕੱਠਾ ਕਰਕੇ ਇਸ ਸ਼ੋਅ ਦੇ ਵਿੱਚ ਲਿਆ ਕੇ ਫਿਰ ਪੰਡਾਂ ਖਿਲਾਰ ਦਈਏ ਤੁਹਾਡੇ ਅੱਗੇ। ਸੋ ਤੁਹਾਡੀ ਨਜ਼ਰ ਕਰ ਰਿਹਾ ਜਸਟ ਵਨ, ਯਾਨੀ ਕਿ ਜਸ ਵਨ। ਸੋ ਦੋਸਤੋ, ਕਹਿੰਦੇ ਬੰਦਾ ਜ਼ੁਬਾਨ ਦੀ ਖੱਟੀ ਹੋਈ ਖਾਂਦਾ, ਯੇ ਚਾਹੇ ਤੋ ਆਸਮਾਨ ਕੀ ਬੁਲੰਦੀਓਂ ਪਰ ਪਹੁੰਚਾ ਦੇ, ਯੇ ਚਾਹੇ ਤੋ ਜ਼ਮੀਨ ਕੀ ਖਾਕ ਮੇਂ ਮਿਲਾ ਦੇ। ਤੋ ਸਿਆਣੇ ਨੇ ਇਹ ਵੀ ਕਿਹਾ ਆ ਕਿ ਜਿਹੜਾ ਬੰਦਾ ਇੱਕ ਜਨਮ ਜਿੰਨੀਆਂ ਭਾਸ਼ਾਵਾਂ ਬੋਲ ਲਵੇ, ਸਮਝੋ ਉਹਨੇ ਉਨੇ ਜਨਮ ਲੈ ਲਏ। ਸੋ ਇਹ ਲੈਂਗੁਏਜ ਦੀ ਗੱਲ ਆ। ਸੋ ਮੈਨੂੰ ਇੱਕ ਬੜਾ ਵਧੀਆ ਵਾਕਿਆ ਯਾਦ ਆ, ਜਦੋਂ ਮੈਂ ਦਿੱਲੀ ਸਟੇਸ਼ਨ 'ਤੇ ਪਹੁੰਚਿਆ, ਮੈਂ ਜੇ ਵੇਟ ਕਰ ਰਹੇ ਸੀ ਟ੍ਰੇਨ ਦੀ, ਕਹਿੰਦੇ ਕਿ ਦੋ ਟੈਕਸੀ ਡਰਾਈਵਰ ਆਪਸ ਗੱਲਾਂ ਕਰ ਰਹੇ ਸੀਗੇ। ਕਹਿੰਦਾ ਯਾਰ ਗਮ ਆ ਵੀ ਅੱਜ ਵੀ ਇੱਕੋ ਗੱਲ ਰਹਿਣਾ, ਵਧੀਆ ਕੋਈ ਸਵਾਰੀ ਮਿਲ ਜਾਵੇ। ਕਹਿੰਦਾ ਅੱਛਾ। ਕਹਿੰਦਾ ਸਾਹਮਣੇ ਦੇਖ ਫਿਰ, ਉੱਧਰ ਦੇਖ ਤਕੜੀ ਸਾਮੀ ਤੁਰੀ ਆ ਰਹੀ, ਅੰਗਰੇਜ਼ ਤੁਰੇ ਆ ਰਿਹਾ, ਅੰਗਰੇਜ਼ ਆਇਆ, ਉਹ ਵੀ ਨਵਾਂ ਸੀਗਾ, ਉਹਨੂੰ ਦੇਖਿਆ ਵੀ ਹੁਣ ਕਿੱਥੋਂ ਸ਼ੁਰੂ ਕਰੀਏ ਗੱਲਬਾਤ। ਉਹਨੇ ਦੇਖਿਆ ਵੀ ਪਹਿਲਾਂ ਇੰਗਲਿਸ਼ ਪੁੱਛੀ, ਵੀ ਇਹਨੂੰ ਇੰਗਲਿਸ਼ ਆਉਂਦੀ ਆ, ਹਾਏ ਡੂ ਯੂ ਨੋ ਇੰਗਲਿਸ਼। ਹੁਣ ਇਹ ਵਿਚਾਰੇ ਅਨਪੜ੍ਹ, ਇੱਕ ਦੂਜੇ ਦੇ ਮੂੰਹ ਦੇਖਣ, ਇਹ ਕੀ ਕਹੀ ਜਾਂਦਾ, ਹੈ ਡੂ ਯੂ ਨੋ ਇੰਗਲਿਸ਼, ਇੰਗਲਿਸ਼ ਇੰਗਲਿਸ਼ ਲੋਕ, ਉਹ ਤਾਂ ਮਹਾਰਾਜ ਸੰਤ ਸੰਤਾਲੀ ਵਾਰ ਨਜ਼ਰ ਨਹੀਂ ਆਏ, ਧੱਕੇ ਮਾਰ ਮਾਰ ਬਾਹਰ ਕੱਢਦੇ, ਓ ਨੋ 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 ਇੰਗਲਿਸ਼। ਉਹਨੇ ਲੱਗਿਆ ਇੰਗਲਿਸ਼ ਸਮਝ ਨਹੀਂ ਆਈ, ਉਹਨੇ ਫਰਾਂਸ ਭਾਸ਼ਾ 'ਚ ਪੁੱਛਿਆ, ਹੈ ਪਾਰਲੇ ਯੂ ਫਰਾਂਸੇਸ, ਕੀ ਕਹੀ ਜਾਂਦਾ ਯਾਰ, ਹੈ ਪਾਰਲੇ ਯੂ ਫਰਾਂਸੇਸ, ਪਾਰਲੇ ਜੀ ਬਿਸਕੁਟ। ਉਹ ਸਾਹਮਣੇ ਮਿਲ ਜਾਓ ਕਿਰਾਨੇ ਦੁਕਾਨ ਤੋਂ ਚਾਰ ਰੁਪਏ ਦਾ ਪੈਕਟ, ਓ ਨੋ ਬਿਸਕਿਟ ਨੋ ਬਿਸਕਿਟ। ਉਹਨੂੰ ਲੱਗਿਆ ਵੀ ਨਹੀਂ ਸਮਝ ਆਈ, ਉਹਨੇ ਸਪੈਨਿਸ਼ ਭਾਸ਼ਾ 'ਚ ਪੁੱਛਿਆ, ਹੈ ਹਾਬਲਾ ਨਾਸਤੀ ਦੇ ਅਸਪਨਾਲ, ਕੀ ਕਹੀ ਜਾਂਦਾ ਯਾਰ, ਹੈ ਹਾਬਲਾ ਨਾਸਤੀ ਦੇ ਅਸਪਨਾਲ, ਹਸਪਤਾਲ ਸਰਕਾਰੀ ਹਸਪਤਾਲ, ਉਹ ਨਾ ਜਾਈ ਮਰ ਜਾਏਗਾ, ਕਿਸੇ ਚੰਗੇ ਡਾਕਟਰ ਨੂੰ ਦਿਖਾ ਲਾ, ਮਰ ਜਾਏਗਾ ਮਰ ਜਾਏਗਾ। ਓ ਨੋ ਨੋ ਨੋ। ਮੈਨੂੰ ਲੱਗਿਆ ਵੀ ਨਹੀਂ ਸਮਝ ਆਈ, ਉਹਨੇ ਫਿਰ ਚੀਨੀ ਭਾਸ਼ਾ ਯੂਜ਼ ਕੀਤੀ, ਹੈ ਈ ਆ ਉਏ ਚੀਚੀ, ਤੇਰਾ ਕੀ ਆ ਈ ਆ ਉਏ ਚੀਚੀ, ਅੱਛਾ ਅੱਛਾ ਚੀਚੀ, ਆਹਾ ਹਿੰਦੁਸਤਾਨ ਆ ਜਿੱਥੇ ਮਰਜ਼ੀ ਲੱਗ ਜਾ ਕੋਈ ਗੱਲ ਨਹੀਂ, ਓ ਨੋ ਨੋ ਊ ਆ ਉਏ ਚੀਚੀ ਚੀਚੀ, ਅੱਛਾ ਅੱਛਾ ਚੀਚੀ ਚੀਚੀ ਵਿੱਚ ਪੈ ਗਿਆ ਛੱਲਾ ਕਿ ਮੰਗਣੀ ਹੋ ਗਈ, ਓ ਨੋ ਨੋ ਯੂ ਆਰ ਮੈਡ, ਭੱਜ ਗਿਆ। ਹੁਣ ਆਪਸ ਗੱਲਾਂ ਕਰ ਰਹੇ, ਕਹਿੰਦੇ ਯਾਰ ਗਾਮਿਆ ਵੈਸੇ ਆਪਾਂ ਨੂੰ ਕੋਈ ਵਿਦੇਸ਼ੀ ਭਾਸ਼ਾ ਸਿੱਖਣੀ ਚਾਹੀਦੀ ਆ। ਕਹਿੰਦਾ ਦਫਾ ਕਰ ਕੀ ਫਾਇਦਾ, ਉਹ ਬਾਹ ਨੂੰ ਪੰਜ ਛੇ ਆਉਂਦੀ ਸੀ, ਕੋਈ ਫਾਇਦਾ ਹੋਇਆ ਪੈਦਲ ਤੁਰਿਆ ਜਾਂਦਾ। ਸੋ ਇੱਦਾਂ ਦੀ ਗੱਲ, ਇਹਨੂੰ ਬੜਾ ਵਧੀਆ ਹੋਰ ਮੈਨੂੰ ਜੋਕ ਯਾਦ ਆ ਗਿਆ ਕਿ ਇੱਕ ਜਹਾਜ਼ ਦੇ ਵਿੱਚ ਤਿੰਨ ਅੰਗਰੇਜ਼ ਸਫ਼ਰ ਕਰ ਰਹੇ ਸੀ, ਇੱਕ ਦੀ ਪ੍ਰੋਬਲਮ ਇਹ ਸੀ ਸੱਸੇ ਨੂੰ ਸ਼ਸ਼ਾ ਬੋਲਦਾ ਸੀਗਾ, ਹੁਣ ਇੱਕਦਮ ਜਹਾਜ਼ ਨੂੰ ਅੱਗ ਲੱਗ ਗਈ, ਫਟਫਨ ਮੱਚ ਗਿਆ, ਹੁਣ ਕੀ ਕਰੀਏ। ਤਿੰਨਾਂ ਨੇ ਫੈਨ 'ਤੇ ਪ੍ਰੇ ਕੀਤੀ ਵੀ ਆਪਣੇ ਆਪਣੇ ਗੋਡ ਨੂੰ ਪ੍ਰੇ ਕਰੋ, ਛਾਲਾ ਮਾਰ ਦਿਉ। ਪਹਿਲੇ ਨੇ ਮੂੰਹ ਬਾਹਰ ਕੱਢਿਆ, ਓ ਗੋਡ ਸੇਵ ਮੀ, ਛਾਲ ਮਾਰੀ, ਦਰਿਆ 'ਚ ਡਿੱਗਿਆ, ਤੈਰਨਾ ਆਉਂਦਾ ਸੀ, ਬਚ ਗਿਆ। ਦੂਜੇ ਨੇ ਛਾਲ ਮਾਰੀ, ਓ ਗੋਡ ਸੇਵ ਮੀ, ਉਹਨੇ ਛਾਲ ਮਾਰੀ,
ਰੂਹ ਦੇ ਢੇਰ 'ਚ ਡਿੱਗਿਆ, ਉਹ ਵੀ ਬਚ ਗਿਆ। ਹੁਣ ਤੀਜਾ ਵਿਚਾਰਾ ਤਾਂ ਸੱਸੇ ਨੂੰ ਛੱਛਾ ਬੋਲਦਾ ਸੀ, ਉਹ ਛੇਵੀਂ ਛਾਲ ਮਾਰੀ, ਥੱਲੇ ਅੱਖਾਂ ਖੋਲੀਆਂ, ਨਾਈ ਦੁਕਾਨ 'ਤੇ ਬੈਠਾ ਸੀ, ਕਹਿੰਦਾ ਹਾਂਜੀ ਪੰਜ ਵਾਲੀ ਕਿ ਦਸ ਵਾਲੀ। ਇੱਦਾਂ ਦੀ ਪ੍ਰੋਬਲਮ। ਹੁਣ ਮੇਰਾ ਇੱਕ ਦੋਸਤ ਬੰਗਾਲੀ ਸੀ, ਉਹਨੂੰ ਮੈਂ ਲੁਧਿਆਣੇ ਸੱਦ ਲਿਆ, ਮੈਂ ਕਿਹਾ ਤੈਨੂੰ ਫਿਲਮ ਦਿਖਾ ਕੇ ਲਈਏ, ਲੁਧਿਆਣੇ ਆਰਤੀ ਥੀਏਟਰ 'ਤੇ ਫਿਲਮ ਲੱਗੀ ਸ਼ੀਰੀ ਫਰਹਾਦ ਆਸ਼ਕਾਂ ਦੀ, ਮੈਂ ਉਹਨੂੰ ਨਾਲ ਬਿਠਾਇਆ, ਮੈਂ ਕਿਹਾ ਦੇਖ ਫਿਲਮ ਬੜੀ ਸੋਹਣੀ ਹੈ। ਅੱਛਾ, ਕਹਿੰਦੇ ਇਹ ਕੀ ਆ? ਮੈਂ ਕਿਹਾ ਪ੍ਰੇਮੀ ਪ੍ਰੇਮਿਕਾ। ਮੈਨੂੰ ਅੱਛਾ ਅੱਛਾ, ਅਤੇ ਫਰਹਾਦ ਤੁਹਾਨੂੰ ਪਤਾ ਜਿਹਨੇ ਦੁੱਧ ਦਾ ਪਹਾੜ ਬਹਾਦਤਾ ਸੀ ਸ਼ੀਰੀ ਵਾਸਤੇ, ਪਹਾੜ 'ਤੇ ਚੜ ਗਿਆ, ਉੱਚੀ 'ਚ ਆਪਣੀ ਪ੍ਰੇਮਿਕਾ ਨੂੰ ਵਾਜਾਂ ਮਾਰ ਰਿਹਾ, ਸ਼ੀਰੀ 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 ਸ਼ੀਰੀ। ਇਹਨੂੰ ਪਤਾ ਨਹੀਂ ਕੀ ਉੱਠਿਆ, ਓਏ ਸ਼ਾਲਾ, ਪਹਿਲੇ ਪਹਾੜ 'ਤੇ ਚੁੜ ਗਿਆ, ਅਬ ਛਿੜੀ ਛਿੜੀ ਚੁਲਾਤਾ, ਪਹਿਲੇ ਚੁੜਾ ਕਿਉਂ? ਹੁਣ ਇੱਦਾਂ ਦੀ ਪ੍ਰੋਬਲਮ ਹੁੰਦੀਆਂ। ਹੁਣ ਦੋਸਤੋ, ਆ ਪਿੱਛੇ ਦਿਨ ਆਪਾਂ ਰਾਮਲੀਲਾ ਦੇਖੀ, ਰਾਮਲੀਲਾ 'ਤੇ ਬੜੀ ਹਰ ਮੁਹੱਲੇ 'ਚ, ਹਰ ਸ਼ਹਿਰ 'ਚ, ਹਰ ਦੇਸ਼ 'ਚ ਮਨਾਈ ਗਈ, ਪਰ ਹਰ ਹਿੰਦੁਸਤਾਨੀ ਦਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਜਦੋਂ ਆਪਾਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਕਿੱਦਾਂ ਕਿੱਦਾਂ ਦੇ ਸੀਨ ਯੂਜ਼ ਕੀਤੇ ਗਏ। ਇਹਨੂੰ ਲੈ ਕੇ, ਇਹੀ ਵਿਸ਼ੇ ਨੂੰ ਲੈ ਕੇ ਸਾਡੇ ਮੁਹੱਲੇ ਦੇ ਵਿੱਚ ਜਦੋਂ ਬੈਠਕ ਹੋਈ, ਸਾਰਿਆਂ ਨੇ ਸੋਚਿਆ ਵੀ ਜੇ ਇੱਦਾਂ ਦੀ ਰਾਮਲੀਲਾ ਕਰਦੇ ਪਏ, ਅਸੀਂ ਨਾ ਕਰੀਏ। ਹੁਣ ਸਾਰੇ ਰਾਮਲੀਲਾ, ਹੁਣ ਸਾਡੇ ਦੇਖੋ ਪ੍ਰੋਫੈਸ਼ਨਲ ਐਕਟਰ ਤਾਂ ਮੁਹੱਲੇ 'ਚ ਕੋਈ ਹੈ ਨਹੀਂ, ਹੁਣ ਬੰਦੇ 'ਚ ਏਕਤਾ ਬੜੀ ਆ, ਕੋਈ ਨੇਪਾਲੀ, ਕੋਈ ਹਰਿਆਣਵੀ, ਕੋਈ ਸਾਰੇ ਤਰ੍ਹਾਂ ਦੇ ਬੰਦੇ ਰਹਿੰਦੇ ਆ। ਉਹਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਰਾਮਲੀਲਾ ਮਿਲ ਕੇ ਕਰੀਏ। ਸਾਰੇ ਰਾਮਲੀਲਾ ਕਰਦੇ ਪਏ ਆ, ਅਲੱਗ ਅਲੱਗ ਭਾਸ਼ਾਵਾਂ, ਅਲੱਗ ਅਲੱਗ ਧਰਮ ਦੇ ਲੋਕ, ਪਰ ਪਿਆਰ ਬੜਾ ਆ। ਉਹ ਕਹਿੰਦੇ ਆਪਾਂ ਕਰਨਾ ਹੀ ਕਰਨਾ। ਹੁਣ ਰਾਮਲੀਲਾ ਸ਼ੁਰੂ ਕਰ ਰਹੇ ਆ, ਹੁਣ ਰਾਮਲੀਲਾ ਸੀਨ ਕੀ ਚੱਲਿਆ ਕਿ ਰਾਵਣ ਸੀਤਾ ਮਾਤਾ ਨੂੰ ਚੱਕ ਕੇ ਲੈ ਗਿਆ। ਹੁਣ ਇੱਧਰੋਂ ਲਕਸ਼ਮਣ ਭੱਜਿਆ ਭੱਜਿਆ ਰਾਮ ਕੋ ਆਇਆ, ਉਹ ਹੈਗਾ ਆ ਹਰਿਆਣਵੀ, ਆਇਆ ਭੱਜਿਆ, ਬਾਇਆ ਬਾਇਆ ਭਾਬੀ ਕੋ ਲੈ ਗਿਆ, ਕੋਈ ਭਾਬੀ ਕੋ ਲੈ ਗਿਆ, ਮੰਨੇ ਲਕਸ਼ਮਣ ਲੈ ਗਿਆ, ਜੀ ਤਬੀ ਲੈ ਗਿਆ, ਭਾਬੀ ਕੋ ਪਤਾ ਨਹੀਂ ਕੌਣ ਲੈ ਗਿਆ। ਹੁਣ ਸ਼੍ਰੀ ਰਾਮਚੰਦਰ ਜੀ ਸਾਊਥ ਇੰਡੀਅਨ, ਆਈ ਆਈ ਲਕਸ਼ਮਣ, ਤੇਰੇ ਕੋਲ ਛੋਟਾ ਸਾ ਕਾਮ ਦੀਆ, ਤੂੰ ਇਤਨਾ ਬੜਾ ਕਰ ਦੀਆ, ਜਿੱਧਰ ਸੇ ਲੜਜੀ ਲੱਗਦੇ ਮੇਰੀ ਜੀ ਦਾ, ਮੇਰੇ ਕੋਲ ਕੁਛ ਨਹੀਂ ਪਤਾ। ਇੱਧਰ ਹਨੂੰਮਾਨ ਜੀ ਪੰਜਾਬੀ ਬੰਦੇ, ਲੱਗਣਾ ਮਾੜਾ ਕਿਹੜੀ ਗੱਲ, ਡੋਂਟ ਵਰੀ ਟੇਕ, ਹੁਣ ਇਹਦੇ 'ਚ ਕਿਹੜੀ ਗੱਲ ਆ, ਹੁਣੇ ਲੱਭ ਲੈਂਦੇ ਹਾਂ ਸੀਤਾ ਮਾਤਾ ਨੂੰ ਲੱਭਣਾ। ਆਹ ਜਟਾਜੂ ਪਿਆ ਘਾਇਲ ਅਵਸਥਾ, ਜਿਹਨੂੰ ਪੁੱਛਦੇ ਹਾਂ ਉਹ ਸੀਤਾ ਮਾਤਾ ਕਿੱਥੇ ਆ ਬਈ, ਉਹ ਵਿਚਾਰਾ ਨੇਪਾਲੀ, ਹੁਣ ਉਹ ਬੋਲਦਾ ਮੈਨੇ ਰਾਵਣ ਕੋ ਰੋਕਣੇ ਦਾ ਬਹੁਤ ਕੋਸ਼ਿਸ਼ ਕੀਆ, ਮੇਰੇ ਪਰ ਕੱਟ ਕੇ ਭਾਬੀ ਕੋ ਲੈ ਗਿਆ। ਹੁਣ ਉੱਪਰ ਸੀਨ ਚੱਲਦਾ ਪਿਆ, ਸੀਤਾ ਮਾਜੀ ਛੁੜ ਮੁਝੇ ਛੁੜ ਮੁਝੇ ਛੁੜ ਮੁਝੇ ਛੁੜ ਮੁਝੇ, ਤੇ ਰਾਵਣ ਬਣਾਇਆ ਹੈ ਭਈਆ ਜੀ, ਕਹਾਂ ਕਹਾਂ ਨਾ ਜਾਣਾ, ਚੁੱਪ ਚਾਪ ਮਾਰਾ ਲੰਕਾ ਚਲੋ, ਹਮ ਡਾਇਰੈਕਟਰ ਕੋ ਪਟਾਏ ਨਾ ਲਪੜਾਏ ਨਾ, ਬਸ ਬੋਲ ਦਿੱਤੇ ਲੰਕਾ ਮੈਂ ਚਲੋ। ਗੱਲ ਫਿਰ ਆ ਜਾਂਦੀ ਹੈ ਪੇਂਡੂ ਕਲਚਰ ਤੇ, ਪੇਂਡੂ ਸੱਭਿਆਚਾਰ ਤੇ, ਕਿਉਂਕਿ ਜਿੰਨਾ ਹਿਊਮਰ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚ, ਸ਼ਹਿਰਾਂ 'ਚ ਕਈ ਵਾਰ ਤੁਹਾਨੂੰ ਉਨਾ ਨਹੀਂ ਲੱਭਦਾ। ਮੈਨੂੰ ਤਾਂ ਪਤਾ, ਮੇਰੀ ਦਾਦੀ ਦੀ ਭੈਣ, ਯਾਨੀ ਸਾਡੀ ਦਾਦੀ ਲੱਗੀ ਵੈਸੇ ਇਨਡਾਇਰੈਕਟਲੀ, ਉਹ ਵੀ ਸਾਡੀ ਮਤਲਬ ਐਸੀ ਸਾਦੀ ਜੀ ਵਿਚਾਰੀ ਦਾਦੀ ਹੈ, ਸਾਦੀ ਦਾਦੀ, ਉਹ ਕਦੀ ਸ਼ਹਿਰ ਹੀ ਨਹੀਂ ਸੀ ਆਈ, ਪਹਿਲੀ ਵਾਰੀ ਕਿਤੇ ਸ਼ਹਿਰ ਉਹਨੂੰ ਘਰਦਿਆਂ ਨੇ ਵਿਆਹ 'ਤੇ ਲਿਆਂਦਾ, ਸਾਡੇ ਘਰਾਂ ਦੇ ਵਿੱਚ ਹੀ ਵਿਆਹ, ਉਹਨੇ ਆ ਕੇ ਪਹਿਲੀ ਵਾਰੀ ਵੇਖਿਆ ਵੀ ਜਨਾਨੀਆਂ ਸਾੜੀ ਵੀ ਲਾਉਂਦੀ। ਹੁਣ ਜਨਾਨੀਆਂ ਨੇ ਸਾੜੀਆਂ ਲਾਈਆਂ ਅਤੇ ਜਦੋਂ ਕੋਲ ਜਾ ਕੇ ਉਹਨੇ ਵੇਖਿਆ ਨਾ, ਤਾਂ ਨਾਲ ਦੇ ਨੂੰ ਕਹਿੰਦੇ ਹਾਂ ਹੈ ਨਹੀਂ, ਕਹਿੰਦੇ ਕਿਤੇ ਮੈਂ ਨਹੀਂ ਹੈ ਵੀ ਕੁੜੀਆਂ ਨੂੰ ਭੁਲੇਖਾ ਲੱਗ ਗਿਆ, ਕੱਪੜੇ ਪੂਰੇ ਨਹੀਂ ਪਾਏ, ਢਿੱਡ ਦੇ ਐਡੇ ਐਡੇ ਦੇਖਦੇ ਆ ਨਹੀਂ, ਜੰਪਰ 'ਤੇ ਤੁਹਾਂ ਉੱਤੇ ਪਾਏ ਨਹੀਂ। ਉਹ ਉਹਨੂੰ ਸਮਝਾਇਆ, ਕਹਿੰਦੀ ਨਹੀਂ ਬੀਜੀ, ਦਰਅਸਲ ਇਹ ਨਾ ਸਾੜੀ ਦੇ ਨਾਲ ਜੰਪਰ ਨਹੀਂ, ਸਾੜੀ ਨਾਲ ਬਲਾਊਜ਼ ਹੀ ਪਾਉਣੇ ਪੈਂਦੇ ਆ। ਹਾਏ ਹਾਏ, ਕਹਿੰਦੀ ਲੋਹੜਾ ਪੈ ਜਾਵੇ, ਇਹ ਕੀ ਕਾਨੂੰਨ ਕੱਢ ਤੇ ਗੌਰਮੈਂਟ ਨੇ, ਕਹਿੰਦੀ ਹੈ ਇਹ ਤਾਂ ਗੌਰਮੈਂਟ ਥੇ ਹੋਣੀ ਨਾ ਰਹੇ, ਮੈਂ ਤਾਂ ਕਹਿੰਦੀ ਹਾਂ ਫੇਕ ਤੇ ਦੂਜੀ ਗੌਰਮੈਂਟ ਆਵੇ ਤਾਂ ਸਾੜੀਆਂ ਨੇ ਜੰਪਰ ਕੱਢੇ ਤਾਂ ਜਨਾਨੀਆਂ ਦੇ ਢਿੱਡ ਨੰਗੇ ਕੀਤੇ। ਉਹਦਾ ਖਿਆਲ ਸੀ ਵੀ ਕਾਨੂੰਨ ਬਣ ਗਿਆ ਵੀ ਇਹਦੇ ਨਾਲ ਇੱਦਾਂ ਹੀ ਪਾਉਣਾ ਪੈਂਦਾ। ਸੋ ਇਹ ਸਾਡਾ ਇਨੋਸੈਂਸ ਜਿਹੜੀ ਹੈ ਨਾ, ਸਾਡੇ ਇਸ ਭੋਲੇਪਨ ਦੇ ਵਿੱਚ ਵੀ ਬੜਾ ਹਿਊਮਰ ਹੁੰਦਾ। ਇੱਦਾਂ ਦੀ ਇੱਕ ਮਾਈ ਨਾ ਪਤਾ ਲੈਣ ਚਲੀ ਗਈ ਕਿਤੇ ਵਿਚਾਰੀ ਕਿਸੇ ਬੰਦੇ ਦਾ, ਅਤੇ ਬਾਹਰੋਂ ਦੁਹਾਈ ਚੁੱਕੀ ਉਹਨੇ, ਵੇ ਪਾਖਰ ਸਿਆਂ ਵੇ ਕੀ ਬਣ ਗਈਆਂ ਵੇ। ਉਹ ਵਿਚਾਰੇ ਨੇ ਬੂਹਾ ਖੋਲਿਆ, ਕਹਿੰਦਾ ਮਾਤਾ ਕੁਛ ਨਹੀਂ ਬਣੀਆਂ, ਪਿਛਲੇ ਮਹੀਨੇ ਡਿੱਗ ਕੇ ਮਾੜੀ ਜੀ ਬਾਂਹ ਟੁੱਟੀ ਸੀ, ਪੱਟੀਆਂ ਪੁੱਟੀਆਂ ਕੀਤੀਆਂ, ਠੀਕ ਹੋ ਗਿਆ, ਹੁਣ ਤਾਂ 2 ਕੁ ਦਿਨ ਦੀ ਗੱਲ ਰਹਿ ਗਈ ਹੈ। ਨਾ ਵੇ ਪੁੱਤ ਕਿੱਥੇ ਠੀਕ ਹੁੰਦੀਆਂ ਟੁੱਟੀਆਂ ਬਾਹਾਂ, ਵੇ ਪੁੱਤ ਮੈਂ ਤਾਂ ਘਰੇ ਬੈਠੀ ਡਰੀ ਜਾਵਾਂ, ਮੈਨੂੰ ਤਾਂ ਤੇਰੇ ਨਿੱਕੇ ਨਿੱਕੇ ਜਵਾਕਾਂ 'ਤੇ ਤਰਸ ਆਵੇ, ਵੇ ਯਤੀਮਾਂ ਦਾ ਕੌਣ ਵਾਲੀ ਵਾਰਸ ਬਣਦਾ। ਉਹ ਕਹਿੰਦਾ ਯਤੀਮਾਂ ਤੱਕ ਕਿੱਥੇ ਪਹੁੰਚ ਗਈ ਮਾਤਾ, ਕੁਛ ਨਹੀਂ ਮਾੜੀ ਜੀ ਬਾਂਹ ਹੀ ਟੁੱਟੀ ਸੀ। ਵੇ ਪੋਤੇ ਤਾਂ ਤੂੰ ਹੀ ਕਹਿੰਦਾ ਮਾੜੀ ਜੀ ਟੁੱਟੀ ਸੀ, ਮੈਨੂੰ ਤਾਂ ਤੇਰੀ ਬਹੂ ਦਾ ਆਉਂਦਾ, ਤੇਰੀ ਘਰ ਵਾਲੀ ਦਾ, ਵੇ ਰੰਡੀ ਤੀਵੀਂ ਦੀ ਕੋਈ ਜ਼ਿੰਦਗੀ ਹੁੰਦੀ ਆ। ਉਹ ਵਿਚਾਰਾ ਹੱਥ ਜੋੜੇ ਕਹਿੰਦਾ ਮਾਤਾ ਕਿੱਧਰੋਂ ਤੁਰੀ ਜਾਨੀ ਏ, ਇੱਦਾਂ ਦੀ ਕੋਈ ਗੱਲ ਨਹੀਂ, ਬਸ ਮਾੜੀ ਜੀ ਬਾਂਹ ਟੁੱਟੀ ਸੀ, ਪੱਟੀਆਂ ਹੋ ਗਈਆਂ, ਪਰਸੋਂ ਪੱਟੀਆਂ ਖੋਲ ਜਾਣੀਆਂ, ਆਵੇ ਬਾਂਹ ਮੇਰੀ ਬਿਲਕੁਲ ਠੀਕ ਠਾਕ ਹੈ, 2 ਕੁ ਦਿਨਾਂ ਤੱਕ ਪੂਰੀ ਠੀਕ ਹੋ ਜਾਣੀ ਹੈ। ਕਹਿੰਦੀ ਮੈਂ ਵੀ ਪੁੱਤ ਕਈ ਦਿਨਾਂ ਦਾ ਆਉਣ ਆਉਣ ਕਰਦੀ ਸੀ, ਟਾਈਮ ਹੀ ਨਹੀਂ ਲੱਗਾ, ਮੈਂ ਤਾਂ ਹੁਣ ਵੀ ਆਉਂਦੀ ਆਉਂਦੀ ਡਰਾਂ ਵੀ ਜਾਂਦਿਆਂ ਨੂੰ ਕਿਤੇ ਠੀਕ ਹੀ ਨਾ ਹੋ ਗਿਆ ਹੋਵੇ।
ਕਹਿਣ ਦਾ ਮਤਲਬ ਜੀ ਇਨੋਸੈਂਸ ਦੇ ਵਿੱਚ ਵੀ ਬੜਾ ਹਿਊਮਰ ਹੁੰਦਾ ਪਰ ਜਿਹੜਾ ਮੈਂ ਹੁਣ ਸਭ ਤੋਂ ਪਹਿਲਾਂ ਡੱਬਾ ਰੇਲ ਦਾ ਤੁਹਾਡੇ ਅੱਗੇ ਲਿਆਉਣ ਲੱਗਾ ਯਾਨੀ ਕਿ ਜਿਹੜਾ ਕਲਾਕਾਰ ਬੁਲਾਉਣ ਲੱਗਾ ਉਹ ਇਨੋਸੈਂਟ ਨਹੀਂ ਜੇ ਬੜਾ ਖਚਰਾ ਜੇ ਉਹ ਕਿਤੇ ਵੀ ਮਿਲੇ ਉਹਦੇ ਕੋਲ ਬਚ ਕੇ ਰਹੇ ਵਰਨਾ ਤੁਹਾਡੀ ਵੀ ਕੋਈ ਨਾ ਕੋਈ ਗੱਲ ਬਣਾ ਕੇ ਲਿਆਏਗਾ ਇਸੇ ਸ਼ੋ ਦੇ ਵਿੱਚ ਸੁਣਾਏਗਾ ਮੇਰੀ ਮੁਰਾਦ ਕਪਿਲ ਸ਼ਰਮਾ ਸਤਿ ਸ਼੍ਰੀ ਅਕਾਲ ਜੀ ਪਛਾਣਿਆ ਨਹੀਂ ਇਹ ਉਹੀ ਪਿੰਟੂ ਹੈ ਜੀ ਮੇਰੇ ਦੋਸਤ ਭੋਲੇ ਦਾ ਮੁੰਡਾ ਛੋਟਾ ਜਿਹਾ ਪਿੰਟੂ ਹਾਂ ਅੱਜ ਕੱਲ੍ਹ ਤਾਂ ਵੱਡਾ ਹੋ ਗਿਆ ਸੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਪਿੰਟੂ ਖਾਣ ਪੀਣ ਦਾ ਬੜਾ ਸ਼ੌਕੀਨ ਹੈ ਬੜੀਆਂ ਕੁੱਤੀਆਂ ਕੁੱਤੀਆਂ ਗੱਲਾਂ ਕਰਦਾ ਝੂਠ ਬੜਾ ਬੋਲਦਾ ਉਹਦੀ ਮੰਮੀ ਨੇ ਬੜੀ ਵਾਰੀ ਨੂੰ ਸਮਝਾਇਆ ਉਹਨੂੰ ਕੋਈ ਗੱਲ ਕਰ ਲਓ ਖਾਣ ਪੀਣ ਦੀਆਂ ਗੱਲਾਂ ਬੜੀਆਂ ਕਰਦਾ ਅਕਸਰ ਉਹਦੇ ਕੋਲ ਗਾਣਾ ਵੀ ਸੁਣ ਲਾਉਣਾ ਉਹਨੇ ਖਾਣ ਪੀਣ ਦੇ ਉੱਪਰ ਹੀ ਸੁਣਾਉਣਾ ਵਾ ਇੱਕ ਦਿਨ ਮੈਂ ਪਿੰਟੂ ਨੂੰ ਕਿਹਾ ਮੈਂ ਕਿਹਾ ਪਿੰਟੂ ਬੇਟੇ ਕੋਈ ਗਾਣਾ ਸੁਣਦਾ ਤੁਹਾਨੂੰ ਆਂਜਾ ਮੈਂ ਕਿਹਾ ਸੁਣਾਓ ਲੂੰਗੀ 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 ਪੱਛ ਮੇਰਾ ਮਾਮਾ ਆ ਗਿਆ ਖਾ ਗਿਆ ਸਾਰੀ ਬੂੰਦੀ ਮੈਂ ਇੱਕ ਦਿਨ ਵੈਸੇ ਪਿੰਟੂ ਨੂੰ ਪੁੱਛ ਲਿਆ ਮੈਂ ਕਿਹਾ ਪਿੰਟੂ ਬੇਟੇ ਤੁਹਾਡਾ ਨਾਮ ਕੀ ਕਿਆ ਹੁਣੇ ਕੀ ਲਿਆ ਸੀ ਪਿੰਟੂ ਮੈਂ ਕਿਹਾ ਬੇਟੇ ਇਹਦੇ ਤੁਹਾਡਾ ਘਰ ਦਾ ਨਾਂ ਹੋ ਗਿਆ ਨਾ ਤੁਹਾਡੇ ਸਕੂਲ ਦਾ ਨਾਂ ਕੀ ਹੈ ਪੀਵੇ ਇੰਜੀਨੀਅਰ ਸੈਕੰਡਰੀ ਸਕੂਲ ਪਿੰਟੂ ਅਕਸਰ ਹੀ ਝੂਠ ਬੋਲਦਾ ਖਾਣ ਪੀਣ ਪਿੱਛੇ ਉਹਦੀ ਮੰਮੀ ਨੇ ਬੜਾ ਸਮਝਾਇਆ ਪਿੰਟੂ ਬੇਟੇ ਤੈਨੂੰ ਪਤਾ ਜਦੋਂ ਤੂੰ ਇੱਕ ਝੂਠ ਬੋਲਦਾ ਨਾ ਤਾਂ ਮੇਰਾ ਇੱਕ ਵਾਲ ਚਿੱਟਾ ਹੋ ਜਾਂਦਾ ਸਿਰ ਦਾ ਤੂੰ ਚਾਹੁੰਦਾ ਕਿ ਤੇਰੇ ਮੰਮੀ ਦੇ ਵਾਲ ਸਾਰੇ ਚਿੱਟੇ ਹੋ ਜਾਣ ਅਤੇ ਪਿੰਟੂ ਨਾਲ ਹੀ ਅਤੇ ਜਦੋਂ ਤੁਸੀਂ ਝੂਠ ਬੋਲਦੇ ਆ ਉਦੋਂ ਮਾਂ ਕਹਿੰਦੀ ਬੇਟੇ ਮੈਂ ਕਦੋਂ ਝੂਠ ਬੋਲਿਆ ਜਾਓ ਜਾਓ ਤੁਸੀਂ ਝੂਠ ਬੋਲਦੇ ਮੈਨੂੰ ਪਤਾ ਬੇਟੇ ਮੈਂ ਕਿਹੜਾ ਝੂਠ ਬੋਲਿਆ ਜੇ ਤੁਸੀਂ ਝੂਠ ਨਹੀਂ ਬੋਲਿਆ ਤਾਂ ਨਾਨੀ ਦੇ ਵਾਲ ਐਵੇਂ ਚਿੱਟੇ ਹੋ ਗਏ ਸਾਰੇ ਬੇਟੇ ਨਾਨੀ ਦੇ ਵਾਲ ਉਮਰ ਕਰਕੇ ਚਿੱਟੇ ਹੋਏ ਨੇ ਤੈਨੂੰ ਪਤਾ ਝੂਠ ਬੋਲਣ ਵਾਲੇ ਬੰਦੇ ਨੂੰ ਰੱਬ ਵੀ ਮਾਫ਼ ਨਹੀਂ ਕਰਦਾ ਤੈਨੂੰ ਪਤਾ ਅਮਰੀਕਾ ਦੇ ਰਾਸ਼ਟਰਪਤੀ ਸੀ ਜਾਰਜ ਵਾਸ਼ਿੰਗਟਨ ਉਹਨਾਂ ਨੇ ਇੱਕ ਵਾਰੀ ਦਾਤਰ ਲੈ ਕੇ ਨਾ ਅਤੇ ਆਪਣੇ ਪਾਪਾ ਦੇ ਸਕੂਟਰ ਦੀ ਸਟੱਪਣੀ ਪਾੜਤੀ ਸੀ ਅਤੇ ਪਰ ਉਹ ਬਾਅਦ 'ਚ ਮੰਨ ਵੀ ਗਏ ਸੀ ਕਿ ਪਾਪਾ ਮੈਂ ਸਟੱਪਣੀ ਪਾੜੀ ਹੈ ਅਤੇ ਉਹਨਾਂ ਨੇ ਮਾਫ਼ ਕਰਤਾ ਸੀ ਤੈਨੂੰ ਪਤਾ ਉਹਨਾਂ ਨੇ ਕਿਉਂ ਮਾਫ਼ ਕੀਤਾ ਸੀ ਮਾਫ਼ ਹੀ ਕਰਨਾ ਸੀ ਜਿਹੜਾ ਦਾਤਰ ਮੁੰਡੇ ਦੇ ਹੱਥ 'ਚ ਉਹਨੇ ਛਿੱਤਰ ਖਾਣੀ ਪਿੰਟੂ ਇੱਦਾਂ ਦੀਆਂ ਗੱਲਾਂ ਕਰਦਾ ਕੁੱਤੀਆਂ ਕੁੱਤੀਆਂ ਗੱਲਾਂ ਕਰਦਾ ਇੱਕ ਵਾਰੀ ਆਪਣੀ ਮੰਮੀ ਨੂੰ ਪੁੱਛਣ ਲੱਗ ਪਿਆ ਕਹਿੰਦੇ ਮੰਮੀ ਡੈਡੀ ਗੰਜਾ ਕਿਉਂ ਹੈਗਾ ਕਹਿੰਦੀ ਬੇਟੇ ਡੈਡੀ ਗੰਜੇ ਇਸ ਕਰਕੇ ਨੇ ਉਹ ਦਿਮਾਗ ਦਾ ਕੰਮ ਕਰਦੇ ਨੇ ਔਰ ਸਰੀਰ ਦਾ ਜਿਹੜਾ ਅੰਗ ਜ਼ਿਆਦਾ ਯੂਜ਼ ਕਰੋ ਨਾ ਉੱਥੇ ਵਾਲ ਨਹੀਂ ਆਉਂਦੇ ਔਰ ਜੇ ਉੱਡ ਜਾਣ ਫਿਰ ਆਉਂਦੇ ਨਹੀਂ ਬਿਲਕੁਲ ਜਿੱਦਾਂ ਮੈਂ ਹੱਥ ਜ਼ਿਆਦਾ ਯੂਜ਼ ਕਰਦੇ ਵਾਲ ਨਹੀਂ ਆਉਂਦੇ ਇੱਥੇ ਸਾਰਾ ਦਿਨ ਬੋਲ ਜਿਹੜੀ ਨਹੀਂ ਚੁੱਪ ਨਹੀਂ ਕਰਦੀ ਇੰਨਾ ਮੂੰਹ ਵਰਤਦੀ ਤੁਹਾਡੇ ਤੇਰੇ ਮੂੰਹ 'ਤੇ ਵਾਲ ਨਹੀਂ ਆਉਂਦੇ ਮੈਨੂੰ ਭੋਲੇ ਨੇ ਕਿਹਾ ਕਹਿੰਦਾ ਭਾਅ ਜੀ ਪੰਡਿਤ ਜੀ ਨੂੰ ਲੈ ਗਿਆ ਉਹ ਕਿਸੇ ਨੇ ਘਰੇ ਹਵਨ ਹੁਣ ਕਰਾਉਣਾ ਅਤੇ ਸਾਡੇ ਦੋਸਤ ਨੇ ਪੁਰੀ ਸਾਹਿਬ ਅਨਿਲ ਪੁਰੀ ਸਾਹਿਬ ਅਤੇ ਉਹਨਾਂ ਨੇ ਸਾਰੀ ਟਿੰਡ ਕਰਾਈ ਇੱਥੇ ਬੋਦੀ ਰੱਖੀ ਹੋਈ ਮੈਂ ਉਹਨਾਂ ਨੂੰ ਨਾਲ ਲੈ ਕੇ ਚਲਾ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਪੁਰੀ ਸਾਹਿਬ ਉਹਨਾਂ ਦਾ ਇੱਕ ਨਿਆਣਾ ਵਾ ਉਹਨੂੰ ਮੂੰਹ ਨਾਲ ਲਾਇਓ ਬੇਇੱਜ਼ਤੀ ਕਰ ਦਿੰਦਾ ਜੇ ਅਤੇ ਫਿਰ ਉਹੀ ਗੱਲ ਹੋਈ ਮੈਂ ਜਾ ਕੇ ਮੈਂ ਕਿਹਾ ਬੇਟੇ ਪਾਪਾ ਨੂੰ ਜਾ ਕੇ ਉਹਦਰ ਪੁਰੀ ਸਾਹਿਬ ਆਏ ਨੇ ਅਨਿਲ ਪੁਰੀ ਸਾਹਿਬ ਅਤੇ ਅੰਕਲ ਨੂੰ ਨਾਲੇ ਨਮਸਤੇ ਕਰੋ ਨਮਸਤੇ ਬਾਅਦ 'ਚ ਕਰੂੰਗਾ ਪਹਿਲਾਂ ਇਹ ਦੱਸੋ ਨੇ ਟਿੰਡ ਦੇ ਮੁੱਛਾਂ ਕੋਲ ਰੱਖੀਆਂ ਹੋਈਆਂ ਪੁਰੀ ਸਾਹਿਬ ਨੇ ਫਿਰ ਉਹਨੂੰ ਬੁਲਾ ਹੀ ਲਿਆ ਮੈਂ ਕਿਹਾ ਵੀ ਸੀ ਨਾਮ ਲਾਇਓ ਪੁਰੀ ਸਾਹਿਬ ਕਹਿੰਦੇ ਬੇਟੇ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਭਟੂਰਾ ਕਹਿੰਦੇ ਬੇਟੇ ਭਟੂਰਾ ਇਹ ਕਿੱਦਾਂ ਦਾ ਨਾਂ ਆਇਆ ਜੇ ਤੁਹਾਡਾ ਨਾਂ ਪੂੜੀ ਹੋ ਸਕਦਾ ਤਾਂ ਮੇਰਾ ਨਾਂ ਭਟੂਰਾ ਨਹੀਂ ਹੋ ਸਕਦਾ ਮਤਲਬ ਪਿੰਟੂ ਇੱਦਾਂ ਦੀਆਂ ਗੱਲਾਂ ਕਰਦਾ ਪਿੰਟੂ ਦਾ ਮਾਮਾ ਹੈ ਜੀ ਇੱਕ ਬਹੁਤ ਜ਼ਿਆਦਾ ਕੰਜੂਸ ਆਦਮੀ ਹੈ ਉਹ ਪਿੰਟੂ ਨੇ ਕੀ ਕੀਤਾ ਕਿ ਪਿੱਛੇ ਜਿਹੇ ਮਹੀਨਾ ਉਹਦੇ ਕੋਲ ਰਹਿਣ ਚਲਾ ਗਿਆ ਔਰ ਉਹਦੇ ਮਾਮੇ ਨੇ ਉਹਨੂੰ ਖਵਾਉਣਾ ਪਿਆ ਕੁਛ ਵੀ ਨਹੀਂ ਪਿੰਟੂ ਵਿਚਾਰਾ ਕਮਜ਼ੋਰ ਹੋ ਗਿਆ ਮੋਟਾ ਤਾਜ਼ਾ ਸੀ ਪਿੰਟੂ ਕਾਫੀ ਔਰ ਪਿੰਟੂ ਵਿਚਾਰਾ ਕਮਜ਼ੋਰ ਹੋ ਗਿਆ ਹੁਣ ਮਾਮੇ ਨੂੰ ਵਿਚਾਰਾ ਕੀ ਕਹੇ ਮਾਮਾ ਉਹਦਾ ਖਾਣ ਨੂੰ ਕੁਛ ਦਿੰਦਾ ਨਹੀਂ ਇੱਕ ਦਿਨ ਮਾਮਾ ਨੂੰ ਲੈ ਕੇ ਬਾਜ਼ਾਰ ਚਲਾ ਗਿਆ ਬਾਜ਼ਾਰ ਚਲਾ ਗਿਆ ਅਤੇ ਪਿੰਟੂ ਵੀ ਨਾਲ ਚਲਾ ਗਿਆ ਰਸਤੇ 'ਚ ਇੱਕ ਮਰਿਆ ਜਿਹਾ ਕੁੱਤਾ ਵੇਖਿਆ ਉਹਦੇ ਮਾਮੇ ਨੇ ਅਤੇ ਉਹਦੇ ਮਾਮੇ ਦੇ ਮੂੰਹ ਨਿਕਲ ਗਿਆ ਉਹਨੇ ਦੇਖੋ ਵਿਚਾਰਾ ਕੁੱਤਾ ਵਿਚਾਰਾ ਕਿੰਨਾ ਮਰਿਆ ਹੋਇਆ ਅਤੇ ਨਾਲੇ ਪਿੰਟੂ ਕੁੱਤਾ ਮਰਿਆ ਹੋਇਆ ਲੱਗਦਾ ਵੀ ਆਪਣੇ ਮਾਮੇ ਨਾਲ ਰਹਿੰਦਾ ਇੱਦਾਂ ਦੀਆਂ ਗੱਲਾਂ ਕਰਦਾ ਪਿੰਟੂ ਇੱਕ ਵਾਰੀ ਕੀ ਹੋਇਆ ਜਦੋਂ ਵਾਪਸ ਆਏ ਨੇ ਉਹ ਬਾਜ਼ਾਰ ਤੋਂ ਹੋ ਕੇ ਤਾਂ ਪਿੰਟੂ ਦੇ ਮਾਮੇ ਦੇ ਘਰ ਦੋ ਜੁੜਵਾਂ ਬੱਚੇ ਹੋਏ ਪਿੰਟੂ ਦਾ ਮਾਮਾ ਬੜਾ ਖੁਸ਼ ਉਹਨੇ ਕਿਹਾ ਪਿੰਟੂ ਬੇਟੇ ਘਰ ਕੰਮ ਕੁੰਮ ਬੜੇ ਨੇ ਤੂੰ ਸਿੱਧਾ ਕਰੋ ਸਕੂਲ ਜਾਓ ਅਤੇ ਸਕੂਲ ਦੀ ਮੈਡਮ ਨੂੰ ਕਹੋ ਕਿ ਸਾਡੇ ਘਰ ਦੋ ਜੁੜਵਾਂ ਬੱਚੇ ਹੋਏ ਨੇ ਮੇਰੇ ਮਾਮਾ ਜੀ ਦੇ ਘਰ ਅਤੇ ਮੈਨੂੰ ਛੁੱਟੀ ਚਾਹੀਦੀ ਹੈ ਲਓ ਜੀ ਪਿੰਟੂ ਭੱਜਾ ਭੱਜਾ ਗਿਆ ਜਾ ਕੇ ਮੈਡਮ ਨੂੰ ਕਹਿੰਦਾ ਮੈਡਮ ਜੀ ਸਾਡੇ ਘਰ ਨਾ ਇੱਕ ਕਾਕਾ ਆਇਆ ਸਾਨੂੰ ਛੁੱਟੀ ਦੇ ਦਿਓ ਛੁੱਟੀ ਲੈ ਕੇ ਘਰ ਆ ਗਿਆ ਮਾਮਾ ਕਹਿੰਦਾ ਬੇਟੇ ਦੱਸਤਾ ਸੀ ਮੈਡਮ ਨੂੰ ਕਹਿੰਦਾ ਮੈਂ ਦੱਸਤਾ ਸੀ ਸਾਡੇ ਘਰ ਇੱਕ ਕਾਕਾ ਆਇਆ ਸਾਨੂੰ ਛੁੱਟੀ ਦੇ ਦਿਓ ਮਾਮਾ ਕਹਿੰਦਾ ਬੇਟੇ ਇੱਕ ਕਾਕਾ ਥੋੜ੍ਹੀ ਸਾਡੇ ਘਰ ਦੋ ਕਾਕੇ ਆ ਮੈਨੂੰ ਪਤਾ ਜੋ ਹੋਏ ਆ ਮਾਮਾ ਇੱਕੋ ਹੀ ਦੱਸਿਆ ਬੇਟੇ ਇੱਕੋ ਦੱਸਿਆ ਇੱਕ ਦਾਂ ਕਰਕੇ ਦੱਸਿਆ ਛੁੱਟੀ ਤਾਂ ਇੱਕ ਹੀ ਮਿਲਣੀ ਸੀ ਭਾਵੇਂ ਇੱਕ ਕਾਕਾ ਕਹਿ ਦਿਓ ਭਾਵੇਂ ਦੋ ਮੈਂ ਕਿਹਾ ਪਰਸੋਂ ਕਹਾਂਗੇ ਇੱਕ ਹੋਰ ਹੋ ਗਿਆ ਅੱਜ ਫਿਰ ਨਵੀਂ ਛੁੱਟੀ ਦੇ ਦਿਓ ਮੈਂ ਜਦੋਂ ਸ਼ੂਟਿੰਗ ਤੋਂ ਆਉਣ ਲੱਗਾ ਪਿੰਟੂ ਮੈਨੂੰ ਛੱਡਣ ਆਇਆ ਭੋਲਾ ਨਾਲ ਛੱਡਣ ਆਇਆ ਕਹਿੰਦੇ ਨੂੰ ਪਿੰਟੂ ਨੂੰ ਨਾਲ ਸ਼ੂਟਿੰਗ 'ਤੇ ਲੈ ਜਾ ਅਤੇ ਗੱਡੀ ਚੱਲਣ ਲੱਗੀ ਸਹੇਲੇ ਮੈਂ ਕਿਹਾ ਤੂੰ ਇੱਦਾਂ ਕਰ ਪਿੰਟੂ ਆਹ 10 ਰੁਪਏ ਲੈ ਜਾ ਬੇਟੇ ਅਤੇ ਦੋ ਸਮੋਸੇ ਖਾਇਆ ਜਾ ਕੇ ਅਤੇ ਦੋ ਮੇਰੇ ਲਈ ਲੈ ਆ ਪਿੰਟੂ ਭੱਜਾ ਭੱਜਾ ਆਇਆ ਵਾਪਸ 5 ਰੁਪਏ ਲਿਆ ਕੇ ਮੈਨੂੰ ਫੜਾ ਤੇ ਮੈਂ ਕਿਹਾ ਪਿੰਟੂ ਬੇਟੇ ਸਮੋਸੇ ਉਹਦੇ ਕੋਲ ਸਮੋਸੇ ਦੋ ਹੀ ਹੈਗਾ ਸੀ ਮੈਂ
ਮਾਸਟਰ ਨੂੰ ਸ਼ੱਕ ਪੈ ਗਿਆ ਵੀ ਇਹ ਨਿੱਕੀ ਜੀ ਆਵਾਜ਼ ਆਉਂਦੀ ਅੱਜ ਮੇਰੇ ਮੁੰਡੇ ਨੇ ਸਕੂਲ ਨਹੀਂ ਆਉਣਾ। ਮਾਸਟਰ ਕਹਿੰਦਾ ਹੈਲੋ ਬੇਟਾ ਤੁਸੀਂ ਕੌਣ ਬੋਲ ਰਹੇ ਹੋ? ਮੈਂ ਮੇਰਾ ਡੈਡੀ ਬੋਲਦਾ ਮੈਂ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਿੰਟੂ ਮੇਰੇ ਨਾਲ ਸ਼ੂਟਿੰਗ 'ਤੇ ਆਇਆ ਹੋਇਆ, ਇਸ ਤੋਂ ਪਹਿਲਾਂ ਕਿ ਬਾਹਰ ਕੋਈ ਚੰਨ ਚੜਾਵੇ ਮੈਂ ਚੱਲਦਾ। ਥੈਂਕ ਯੂ ਵੈਰੀ ਮੱਚ। ਫਿਰ ਤੁਹਾਡਾ ਸਵਾਗਤ ਔਰ ਤੁਸੀਂ ਦੇਖ ਰਹੇ ਹੋ ਕੋਕਾ ਕੋਲਾ ਦ ਗ੍ਰੇਟ ਪੰਜਾਬੀ ਕਾਮੇਡੀ ਸ਼ੋ। ਹਾਂ ਸਾਹਿਬ, ਜਾਂ ਤਾਂ ਭੋਲੇਪਨ 'ਚੋਂ ਨਿਕਲਦਾ ਜੀ, ਜਾਂ ਸ਼ਰਾਰਤ 'ਚੋਂ ਨਿਕਲਦਾ, ਅਤੇ ਕਦੇ ਕਦੇ ਫਰਸਟ੍ਰੇਸ਼ਨ 'ਚੋਂ ਵੀ ਹਾਸਾ ਨਿਕਲਦਾ। ਆਊਟ ਆਫ ਫਰਸਟ੍ਰੇਸ਼ਨ ਵੀ ਬੜਾ ਹਾਸਾ ਹੁੰਦਾ। ਹੁਣ ਜਿੱਦਾਂ ਨਿੱਕੀਆਂ ਨਿੱਕੀਆਂ ਗੱਲਾਂ ਘਰਾਂ 'ਚ ਹੁੰਦੀਆਂ, ਜੋਕ ਨਹੀਂ ਹੈ, ਜਿੱਦਾਂ ਹੁਣ ਸਪੋਜ਼ ਕਿਤੇ ਵਿਆਹ ਸ਼ਾਦੀ ਦਾ ਮਾਹੌਲ ਹੈ, ਮੇਕਅਪ ਹੋ ਰਿਹਾ, ਹੁਣ ਨੂੰ ਮੇਕਅਪ ਕਰਾ ਰਹੀ ਹੈ, ਸੱਸ ਨੂੰ ਮਗਰ ਕਾਲੀਆਂ ਪੈਣ ਡੀਆਂ, ਪੁੱਛ ਕਿੰਨਾ ਟਾਈਮ ਲੱਗਣਾ ਜੇ ਹੋਰ, ਕਿੰਨਾ ਟਾਈਮ ਲੱਗਣਾ ਜੇ ਹੋਰ, ਅਤੇ ਸੱਸ ਤਿੰਨ ਕੁ ਵਾਰੀ ਪੁੱਛਦੇ ਨਾ, ਨੂੰ ਸੜੀ ਬਲੀ ਉੱਠ ਕੇ ਖੜੀ ਹੋ ਜਾਂਦੀ ਹੈ, ਉਹ ਮੇਕਅਪ ਵਾਲੀ ਨੂੰ ਕਹਿੰਦੀ ਕਹਿੰਦੀ ਮੈਂ ਬਾਅਦ ਚਾਹੁੰਦੀ, ਪਹਿਲਾਂ ਇਹਦਾ ਬੂਥਾ ਲੇਪ ਲੈ। ਫਰਸਟ੍ਰੇਸ਼ਨ ਵਿੱਚੋਂ ਵੀ ਹਾਸਾ ਨਿਕਲਦਾ। ਮਾਂ ਫਰੂਟ ਕੱਟਣ ਡੀ ਹੁੰਦੀ, ਬੱਚੇ ਪਲੇਟਾਂ ਦੇ ਵਿੱਚ ਵੜੇ ਹੁੰਦੇ ਨੇ, ਚਾਕੂ ਨੂੰ ਹੱਥ ਪਾਇਆ ਉਹਨਾਂ ਵਿੱਚ ਉਂਗਲਾਂ ਵੰਡਾਉਣ ਡੇ ਹੁੰਦੇ ਨੇ, ਮਾਂ ਗੁੱਸੇ ਨਾਲ ਪਲੇਟ ਨਹੀਂ ਚੁੱਕ ਕੇ ਮਾਰਦੀ, ਆਹ ਲਓ ਫੜੋ, ਪਹਿਲਾਂ ਤੁਸੀਂ ਮਾਰ ਲਓ ਫਿਰ ਕੱਟ। ਫਰਸਟ੍ਰੇਸ਼ਨ 'ਚ ਵੀ ਹਾਸਾ ਹੁੰਦਾ। ਇੱਦਾਂ ਕਿ ਬੰਦਾ ਬੜਾ ਦੁਖੀ ਨਾ ਜੀ, ਕਿਸੇ ਬੰਦੇ ਕੋਲੋਂ ਉਹਨੂੰ ਮਿਲਣਾ ਨਹੀਂ ਚਾਹੁੰਦਾ, ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਬੈੱਲ ਵੱਜੀ ਤਾਂ ਉਹਨੂੰ ਸ਼ੱਕ ਸੀ ਉਹੀ ਆਇਆ ਹੋਣਾ, ਅੰਦਰੋਂ ਬਾਰੀ ਦਾ ਪਰਦਾ ਇੱਧਰ ਕਰਕੇ ਵੇਖ, ਨਾਲ ਹੀ ਨੌਕਰ ਨੂੰ ਆਵਾਜ਼ ਮਾਰੀ ਇੱਧਰ ਆ, ਕਹਿੰਦਾ ਹਾਂ, ਕਹਿੰਦਾ ਉਹ ਬੰਦਾ ਜਿਹੜਾ ਗੇਟ 'ਤੇ ਖੜਾ ਨਾ, ਇਹਨੂੰ ਕਹਿ ਗਿਆ ਮੈਂ ਘਰ ਨਹੀਂ ਹੈਗਾ। ਨੌਕਰ ਗਿਆ, ਦੋ ਮਿੰਟ ਬਾਅਦ ਆ ਗਿਆ, ਕਹਿੰਦਾ ਜੀ ਕਿਹਾ ਸੀ ਜੀ ਸਰਦਾਰ ਜੀ ਘਰ ਨਹੀਂ ਹੈਗੇ, ਉਹ ਮੰਨਦਾ ਨਹੀਂ ਜੀ, ਕਹਿੰਦਾ ਨਹੀਂ ਘਰੇ ਹੀ ਨੇ। ਬੜਾ ਦੁਖੀ ਹੋਇਆ, ਕਹਿੰਦਾ ਯਾਰ ਇਹਨੂੰ ਮੈਂ ਆਪ ਹੀ ਕਹਿ ਕੇ ਆਉਂਦਾ ਮੈਂ ਘਰ ਨਹੀਂ, ਉੱਦਾਂ ਨਹੀਂ ਇਹਨੇ ਮੰਨਣਾ। ਫੇਸ ਕਰਕੇ ਆਊਟ ਆਫ ਫਰਸਟ੍ਰੇਸ਼ਨ ਵੀ ਕਈ ਵਾਰੀ ਐਸੀਆਂ ਹਿਊਮਰਸ ਗੱਲਾਂ ਹੁੰਦੀਆਂ ਨਾ ਜੀ। ਹੁਣ ਇੱਕ ਕਲਾਕਾਰ ਤੁਹਾਡੇ ਰੂਬਰੂ ਐਸਾ ਕਰਨ ਲੱਗਾ ਜੀ, ਜਿਹੜਾ ਲੱਗਦਾ ਪੈਦਾ ਹੀ ਆਊਟ ਆਫ ਫਰਸਟ੍ਰੇਸ਼ਨ ਹੋਇਆ ਸੀ, ਜਿੱਦਾਂ ਘਰਦਿਆਂ ਨੇ ਸਿਰਫ ਨਗ ਪੂਰਾ ਕੀਤਾ ਸੀਗਾ ਵੀ ਗੁਆਂਢੀਆਂ ਦੇ ਨੌਂ ਨੇ ਸਾਡੇ ਅੱਠ ਕਿਉਂ, ਨੌਵਾਂ ਆਉਣ ਦਿਓ, ਸਿਰਫ ਨਗ ਹੀ ਪੂਰਾ ਕੀਤਾ ਸੀ। ਸੋ ਮੇਰੀ ਮੁਰਾਦ ਸਾਡੇ ਇਸ ਸ਼ੋਅ ਦਾ ਸਭ ਤੋਂ ਸਲਿਮ ਟ੍ਰਿਮ ਫਨਕਾਰ, ਯਾਨੀ ਪਤਲਾ ਦੁਬਲਾ ਕਲਾਕਾਰ, ਜਿਹੜਾ ਸਿਰਫ ਪੁਆਇੰਟਾਂ 'ਤੇ ਹੀ ਬੰਦਾ ਹੈ, ਮਤਲਬ 33 ਨੰਬਰ ਹੀ ਨੇ ਤਾਂ ਬੰਦਾ ਬਣ ਗਿਆ, ਨਹੀਂ ਤਾਂ ਪਤਾ ਨਹੀਂ ਉਰੇ ਕੀ ਰਹਿ ਜਾਣਾ ਸੀ ਵਿਚਾਰੇ ਨੇ। ਮੇਰੀ ਮੁਰਾਦ ਸਾਡਾ ਬੜਾ ਪਿਆਰਾ ਕਲਾਕਾਰ ਸੰਜੀਵ ਅਤਰੇ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਅੱਜ ਗੱਲ ਕਰਨ ਜਾ ਰਿਹਾ ਮੈਂ ਪੇਪਰਾਂ ਦੀ, ਯਾਨੀ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਬੱਚਿਆਂ ਦੇ ਪੇਪਰ ਚੱਲ ਰਹੇ ਨੇ। ਪਿੱਛੇ ਜੀ ਕੀ ਹੋਇਆ ਕਿ ਸਾਰੇ ਬੋਲੀਵੁੱਡ ਸਟਾਰ, ਤਕਰੀਬਨ ਬੋਲੀਵੁੱਡ ਸਟਾਰ ਪੰਜਾਬ 'ਚ ਆ ਕੇ ਰਹਿਣ ਲੱਗ ਪਏ, ਹੁਣ ਸਾਲ ਕੁ ਪੰਜਾਬ 'ਚ ਰਹਿਣ ਲੱਗ ਪਏ। ਇਹਨਾਂ ਨੇ ਕਿਹਾ ਚਲੋ ਕੋਲਜ ਐਡਮਿਸ਼ਨ ਲੈ ਲੈਂਦੇ ਹਾਂ। ਹੁਣ ਇਹਨਾਂ ਨੇ ਕੋਲਜ ਐਡਮਿਸ਼ਨ ਲਈ ਆ, ਸਾਲ ਦਾ ਐਂਡ ਆ ਗਿਆ, ਸਾਰਿਆਂ ਨੇ ਫਸਟ ਈਅਰ 'ਚ ਐਡਮਿਸ਼ਨ ਲਈ ਆ। ਹੁਣ ਲਾਸਟ ਦੇ ਵਿੱਚ ਇਹਨਾਂ ਦਾ ਪੇਪਰ ਸ਼ੁਰੂ ਹੋ ਗਿਆ, ਹੁਣ ਪੇਪਰਾਂ ਦੀ ਵਾਰੀ ਆ ਗਈ, ਪੇਪਰ ਸ਼ੁਰੂ ਹੋ ਗਿਆ ਹਿਸਟਰੀ ਦਾ ਪੇਪਰ, ਅਤੇ ਕਲਾਸ 'ਚ ਟੀਚਰ ਕੌਣ ਲੱਗੇ ਹੋਏ ਨੇ? ਆਪਣੇ ਗੁਰਪ੍ਰੀਤ ਘੁੱਗੀ ਭਾਅ ਜੀ। ਹੁਣ ਗੁਰਪ੍ਰੀਤ ਘੁੱਗੀ ਭਾਅ ਜੀ ਟੀਚਰ ਲੱਗੇ ਨੇ ਕਲਾਸ 'ਚ, ਸਾਰੇ ਪੇਪਰ ਦੇ ਰਹੇ ਨੇ, ਪਰ ਮਾਹੌਲ ਉਹੀ ਜਿਸ ਤਰ੍ਹਾਂ ਸਾਨੂੰ ਨਹੀਂ ਪੇਪਰ ਆਉਂਦਾ, ਉਦਾਂ ਉਹਨਾਂ ਨੂੰ ਵੀ ਨਹੀਂ ਆਉਂਦਾ। ਸਾਰੇ ਇੱਕ ਦੂਜੇ ਵੱਲ ਵੇਖਣ ਡੇ ਕਿ ਬੰਨਣ ਕੀ ਡਿਆ। ਹੁਣ ਘੁੱਗੀ ਭਾਅ ਜੀ ਪੇਪਰਾਂ 'ਚ ਡਿਊਟੀ ਦੇਣ ਡਿਆ, ਕਹਿ ਕੇ ਸ਼ਾਵੇ ਸ਼ਾਵੇ ਸਾਰਿਆਂ ਨੇ ਪੇਪਰ ਕਰਨਾ, ਤਾਂ ਜ਼ਿਲ੍ਹਾ ਕੋਲ ਪੁਰਜੀਆਂ ਹੈਗੀਆਂ ਨੇ, ਮੈਨੂੰ ਚੁੱਪ ਕਰਕੇ ਦੇ ਦਿਓ, ਨਹੀਂ ਤਾਂ ਮੈਂ ਬਾਅਦ 'ਚ ਕੰਨਾਂ 'ਚ ਚਪੇੜ ਮਾਰ ਕੇ ਮੂੰਹ 'ਚ ਤੁਹਾਡੇ 'ਚ ਖੂਨ ਕੱਢ ਦੇਣਾ, ਤੈਨੂੰ ਮੈਂ ਦੱਸ ਦਿਆਂ। ਉਹ ਦੂਸਰੇ ਪਾਸੇ ਕੀ ਹੁੰਦਾ, ਸ਼ਾਹਰੁਖ ਖਾਨ ਸੰਨੀ ਦਿਓਲ ਦੀ ਵੱਖੀ 'ਚ ਕੋਣੀਆਂ ਮਾਰਨ ਡੇ ਕਿ ਮੈਨੂੰ ਕੁਐਸਚਨ ਦੱਸ, ਉਹ ਆਪਣੇ ਸਟਾਈਲ 'ਚ ਕਿੱਦਾਂ ਕਹਿੰਦਾ ਸ਼ਾਹਰੁਖ ਖਾਨ ਸੰਨੀ ਦਿਓਲ ਨੂੰ? ਹੇ ਸਨੀ, ਉਹ ਸੰਨੀ ਦਿਓਲ ਉਹਦੇ ਅੱਗੇ ਬੈਠਾ, ਕੀ ਗੱਲ ਹੋਏ ਤੈਨੂੰ, ਵਾਰ ਵਾਰ ਮੇਰੀ ਬੱਖੀਆਂ 'ਚ ਉਂਗਲਾਂ ਮਾਰਨ ਡਿਆ। ਹੇ ਸਨੀ ਸਨੀ, 16-16 ਨੰਬਰ ਵਾਲੇ ਕੁਐਸਚਨ ਦਿਖਾ ਯਾਰ, ਯਾਰ ਦੋ ਹੀ ਦਿਖਾ ਦੇ, ਮੈਨੂੰ ਸੌਣ ਲੱਗੇ, ਮੈਂ ਕੁਛ ਨਹੀਂ ਕੀਤਾ। ਮੈਂ ਤੁਹਾਨੂੰ ਦੱਸਣ ਡਿਆ, 16-16 ਨੰਬਰ ਵਾਲਾ ਕੋਈ ਕੁਐਸਚਨ ਨਹੀਂ ਹੈਗਾ ਮੇਰੇ ਕੋਲ, ਅਤੇ ਜੇ ਹੁਣ ਤੂੰ ਮੇਰੀ ਵੱਖੀ 'ਚ ਉਂਗਲ ਮਾਰੀ ਨਾ, ਅਤੇ ਮੈਂ ਤੇਰੇ ਘਰ ਦਾ ਨਲਕਾ ਪੁੱਟ ਦੇਣਾ, ਅਤੇ ਤੈਨੂੰ ਪਾਣੀ ਭਰਨ 'ਚ ਪ੍ਰੋਬਲਮ ਆ ਜਾਣੀ, ਤੈਨੂੰ ਮੈਂ ਦੱਸ ਦਿਆਂ, ਮੇਰੇ ਡੈਡੀ ਆਏ ਨੇ ਥੱਲੇ ਨਕਲ ਕਰਾਉਣ, ਉਹਨਾਂ ਨੂੰ ਦੇਖ ਲੈ। ਹੁਣ ਥੱਲੇ ਡੈਡੀ ਹੋਣਾ ਦੇ ਧਰਮਿੰਦਰ ਜੀ, ਉਹ ਥੱਲੇ ਪਰਚੀਆਂ ਫੜਾਉਣ ਆਉਂਦੇ ਨੇ। ਹੁਣ ਉਹ ਪੁਲਿਸ ਦਾ ਵੀ ਬੜਾ ਡਰ ਆ, ਕਿਉਂਕਿ ਪੰਜਾਬ ਵਿੱਚ ਪੁਲਿਸ ਦਾ ਡਰ ਹੁੰਦਾ ਜਿਹੜਾ ਪਰਚੀਆਂ ਸੁੱਟਣ ਆਇਆ ਹੋਏ, ਹੁਣ ਉਹ ਕਿੱਧਰ ਕਿੱਦਾਂ ਕਰਨ ਡੇ ਨੇ? ਪੁੱਤਰ ਸੰਨੀ ਫੜ 16 ਨੰਬਰ ਵਾਲਾ ਕੁਐਸਚਨ ਸੰਨੀ। ਹੁਣ ਉੱਤੋਂ ਸੰਨੀ ਦਿਓਲ ਆਪਣੇ ਪੇਪਰ 'ਚ ਬਿਜ਼ੀ ਹੈ, ਅਤੇ ਸ਼ਾਹਰੁਖ ਖਾਨ ਕਹਿੰਦਾ ਹੇ ਅੰਕਲ ਜੀ ਮੈਨੂੰ ਫੜਾ ਦਿਓ, ਮੈਂ ਵੀ ਸੰਨੀ ਦਾ ਦੋਸਤ ਹੀ ਹਾਂ। ਭਾਜਾ ਤੇਰਾ ਬਟਨ ਮਾਰ ਦੇਣਾ ਸੰਨੀ ਪੁੱਤਰ ਫੜ ਭੱਜੋ, ਪੁਲਿਸ ਪੈ ਗਈ। ਉਹ ਪੁਲਿਸ ਪੈ ਗਈ, ਭੱਜ ਗਏ ਨੇ। ਹੁਣ ਅੱਗੇ ਕੀ ਹੋਣ ਡਿਆ, ਅੰਦਰ ਕਲਾਸ 'ਚ ਸੁਨੀਲ ਸ਼ੈਟੀ ਦਾ ਕੀ ਹਾਲ ਆ, ਉਹਨੂੰ ਕੋਈ ਕੁਐਸਚਨ ਨਹੀਂ ਆਉਂਦਾ, ਕੋਈ ਕੁਐਸਚਨ ਨਹੀਂ ਆਉਂਦਾ। ਉੱਤੋਂ ਐਡਾ ਗੰਦਾ ਕਲਾਸ ਦਾ ਬੱਚਾ ਸੁਨੀਲ ਸ਼ੈਟੀ, ਹੁਣ ਜਿੱਧਰ ਨਕਲ ਮਾਰ ਲੱਗਾ ਉੱਧਰ ਹੀ ਬੱਚਾ ਸ਼ੀਟ ਦੂਜੇ ਪਾਸੇ ਕਰ ਲੈ ਪੈਂਦਾ।
ਹੁਣ ਜਿੱਦਾਂ ਇੱਧਰ ਵੇਖਣ ਲੱਗ ਪਿਆ ਬੱਚੇ ਸ਼ੀਟ ਇੱਦਾਂ ਕਰ ਲਈ, ਉੱਧਰ ਵੇਖਣ ਲੱਗ ਤਾਂ ਬੱਚੇ ਸ਼ੀਟ ਉੱਧਰ ਕਰ ਲਈ। ਐਡਾ ਘਲਿਆਇਆ, ਐਡਾ ਕਲਪਿਆ ਪਿਆ ਨਾ, ਉਹਨੂੰ ਕੁਝ ਨਹੀਂ ਸੋਚਦਾ। ਸਾਰੇ ਬੱਚੇ ਆਪਣੇ ਆਰਾਮ ਨਾਲ ਪੇਪਰ ਕਰਨ ਡੇ ਆ, ਥੱਲੇ ਵੇਖ ਕੇ ਇੱਧਰ ਉੱਧਰ ਵੇਖਦਾ, ਥੱਲੇ ਵੇਖ ਕੇ ਪੇਪਰ ਵੱਲ ਦੇਖਦਾ ਕਿ ਕੋਰਾ ਕਲਪ ਜਾਂਦਾ ਪੂਰਾ, ਅਤੇ 2 ਮਿੰਟ ਬਾਅਦ ਸਾਰਿਆਂ ਦਾ ਤਰਾ ਕੱਢਦਾ। ਸਾਰੀ ਕਲਾਸ ਕਹਿੰਦੀ ਇਹਨੂੰ ਕੀ ਹੋ ਗਿਆ ਹੋਵੇ, ਫਿਰ ਦੇਖਦਾ 2 ਮਿੰਟ ਥੱਲੇ ਦੇਖਦਾ, ਫਿਰ ਚੀਕ ਮਾਰ, ਸਾਰੀ ਕਲਾਸ ਦਾ ਉਹਨੇ ਇਸ ਤਰ੍ਹਾਂ ਹੀ ਤਰਾ ਕੱਢਤਾ। ਹੁਣ ਦੇਵ ਆਨੰਦ ਸਾਹਿਬ ਕਾਲਜ ਦੇ ਪੀਅਨ ਹੈਗੇ ਨੇ, ਹੁਣ ਉਹ ਪੀਅਨ ਨੇ, ਉਹਨਾਂ ਨੇ ਪੈਸੇ ਖਾਧੇ ਨੇ ਜਿੱਦਾਂ ਆਮ ਪੀਅਨ ਕਾਲਜਾਂ 'ਚ ਪੈਸੇ ਖਾ ਲੈਂਦੇ ਨੇ ਪੇਪਰਾਂ ਕਰਾਉਣ ਵਾਸਤੇ। ਹੁਣ ਉਹ ਆਪਣੇ ਸਟਾਈਲ 'ਚ ਕੀ ਕਰਦੇ ਨੇ, ਪਰਚੀਆਂ ਭਰ ਕੇ ਮੁੱਠੀ 'ਚ ਲੈ ਆਉਂਦੇ ਨੇ, ਇੱਧਰ ਉੱਧਰ ਵੇਖਦੇ ਨੇ, ਅਤੇ ਆਪਣੇ ਸਟਾਈਲ 'ਚ ਆ ਕੇ ਪਰਚੀਆਂ ਕਿੱਦਾਂ ਸੁੱਟਦੇ ਨੇ, ਕਲਾਸ 'ਚ ਖਿਲਾਰਾ ਪਾ ਦਿੰਦੇ ਨੇ ਆਉਂਦੇ ਆ। ਸਾਰੀ ਕਲਾਸ 'ਚੋਂ ਫੜ ਲਓ ਪਰਚੀਆਂ ਆ ਗਈਆਂ। ਹੁਣ ਇੰਨੀ ਦੇਰ ਨੂੰ ਪ੍ਰੇਸ਼ ਰਾਵਲ ਜੀ ਉੱਠੇ ਨੇ, ਹੁਣ ਉਹ ਘੁੱਗੀ ਭਾਈ ਨੂੰ ਕਿਹਾ ਨੇ, ਘੁੱਗੀ ਸਰ ਮੁਝੇ ਬਾਥਰੂਮ ਆਇਆ, ਮੁਝੇ ਬਾਥਰੂਮ ਜਾਣਾ। ਗੱਲ ਸੁਣ ਕੋਨਿਆ ਜਿਹਾ, ਬਾਥਰੂਮ ਜਾਣਾ ਮਾਮਾ ਮੈਨੂੰ ਪਤਾ, ਤੂੰ ਆਪਣੇ ਕੱਛੇ 'ਚ ਪੁਰਜੀਆਂ ਲਗਾਈਆਂ ਨੇ, ਮੈਂ ਤੇਰੇ ਚਪੇੜ ਮਾਰ ਕੇ ਦੰਦਾਂ 'ਚੋਂ ਖੂਨ ਕੱਢ ਦੇਣਾ ਤੈਨੂੰ। ਸਰ ਮੈਂ ਸੱਚ ਮੈਂ ਬੋਲ ਰਹਾ ਹਾਂ, ਮੇਰੇ ਪਾਸ ਕੋਈ ਪੁਰਜੀ ਨਹੀਂ, ਮੁਝੇ ਬਾਥਰੂਮ ਹੈ ਬਹੁਤ ਤੇਜ਼। ਗੱਲ ਸੁਣ, ਮੈਂ ਤੇਰੀ ਸ਼ੀਟ ਵੀ ਪਾੜ ਦੇਣੀ ਅਤੇ ਮੈਂ ਤੇਰੀ ਧੋਤੀ ਵੀ ਪਾੜ ਦੇਣੀ ਹੈ ਗੱਲਾਂ ਮਾਰਨ ਡਿਆਂ, ਤੇਰੇ ਕੋਲ ਪੁਰਜੀ ਹੈਗੀ, ਚੁੱਪ ਕਰਕੇ ਬਹਿ ਜਾ ਉੱਥੇ। ਯਾਰ ਰਾਜੂ ਤੂੰ ਹੀ ਸਮਝਾ। ਹੁਣ ਅਕਸ਼ੇ ਕੁਮਾਰ, ਝੂਠ ਪੇ ਝੂਠ। ਬਾਬੂ ਭਾਈ ਮੈਨੇ ਕਹਾ ਥਾ ਨਾ ਆਪਕੇ ਪਾਸ ਪਰਚੀ ਹੈ, ਕਿਉਂਕਿ ਸਰ ਇਨਕੇ ਪਾਸ ਪਰਚੀ ਹੈ, ਲੈ ਲੋ, ਕਿਉਂਕਿ ਖੂਬ ਜਮੇਗਾ ਰੰਗ, ਕਿਉਂ ਜਮੇਗਾ ਰੰਗ ਜਬ ਪੇਪਰ ਹੀ ਨਹੀਂ ਆਤਾ। ਸਰ ਝੂਠ ਬੋਲ ਰਿਹਾ ਆਪ, ਅਜੇ ਦੁਕਾਨ 'ਚ। ਹੁਣ ਘੁੱਗੀ ਭਾਈ ਨੂੰ ਅਜੇ ਦੁਕਾਨ 'ਤੇ ਸ਼ੱਕ ਪੈ ਗਿਆ। ਗੱਲ ਸੁਣੇ ਕਾਲਿਆ ਜਿਹਾ, ਮੂੰਹ ਚੱਕਿਆ ਤਿਆਂ ਨੂੰ ਇੱਧਰ ਉੱਧਰ ਵੇਖਣ, ਤੇਰੇ ਕੋਲ ਪਰਚੀਆਂ ਹੈਗੀਆਂ ਨਾ? ਕੋਈ ਪਰਚੀ ਨਹੀਂ ਹੈ ਮੇਰੇ ਪਾਸ। ਤੇਰੇ ਕੋਲ ਪਰਚੀਆਂ ਹੈਗੀਆਂ, ਝੂਠ ਮਾਰਨ ਡਿਆ। ਝੂਠ ਤੋਂ ਬਹੁਤ ਨਫ਼ਰਤ ਕਰਦਾ ਮੈਂ, ਬਹੁਤ ਨਫ਼ਰਤ ਕਰਦਾ ਹੂੰ, ਪਤਾ ਹੈ ਨਾ ਝੂਠ ਬਰਦਾਸ਼ਤ ਹੈ ਇਹ ਮੁਝੇ। ਅਤੇ ਮਾਮਾ ਰੋਣ ਕਿਉਂ ਡਿਆ ਹੈ, ਪੇਪਰ ਕਰ ਚੁੱਪ ਕਰਕੇ। ਹੁਣ ਮਾਹੌਲ, ਆਖਰ ਦਾ ਮਾਹੌਲ ਆ ਗਿਆ ਕਿ ਕੀ ਹੋ ਗਿਆ ਕਿ ਫਲਾਇੰਗ ਆ ਗਈ ਹੈ। ਹੁਣ ਫਲਾਇੰਗ ਆ ਗਈ, 15 ਮਿੰਟ ਪਹਿਲੇ, ਫਲਾਇੰਗ ਤੋਂ ਪਹਿਲਾਂ 15 ਮਿੰਟ ਕੀ ਹੋਣ ਡਿਆ ਕਿ ਘੁੱਗੀ ਭਾਈ ਕਹਿਣ ਡੇ ਨੇ, ਹਾਂ ਵੀ ਗੱਲ ਸੁਣ ਲਓ। ਹੁਣ ਘੁੱਗੀ ਭਾਈ ਦੀ ਤੁਹਾਨੂੰ ਵਿਚਲੀ ਗੱਲ ਦੱਸਾਂ, ਘੁੱਗੀ ਭਾਈ ਹੋਣਾਂ ਨੇ ਵੀ ਪੈਸੇ ਫੜੇ ਹੋਏ ਨੇ, ਹੁਣ ਇਹਨਾਂ ਨੂੰ ਵੀ ਕੋਈ ਪੈਸੇ ਦੇ ਗਿਆ ਕਿ ਸਾਡੇ ਮੁੰਡੇ ਦਾ ਪੇਪਰ ਕਰਾ ਦੀ, ਅਤੇ ਹੁਣ ਕਲਾਸ 'ਚ ਆ। ਦੇਖੋ ਕਾਕਾ, 15 ਮਿੰਟ ਰਹਿ ਗਏ ਪੇਪਰ ਕਰਨ ਦੇ, ਤੁਹਾਨੂੰ ਮੈਂ ਦੱਸਦੇ ਹਾਂ ਸਾਰਿਆਂ ਨੇ 15 ਮਿੰਟ 'ਚ ਪੇਪਰ ਕਰ। ਹਾਂ, 342 ਰੋਲ ਨੰਬਰ ਹੈ ਤੇਰਾ, ਪੁਰਸ਼ੋਤਮ ਦਾ ਮੁੰਡਾ, ਕਰ ਪੁੱਤਰ ਕਰ। ਹਾਂ, 15 ਮਿੰਟ ਰਹਿ ਗਏ ਤੁਹਾਨੂੰ ਮੈਂ, ਪੁੱਤਰ ਕਰ, 400 ਆ ਗਿਆ, 400 ਰਹਿੰਦਾ ਹਜੇ ਤੁਹਾਡਾ। ਹੁਣ ਉਹਨੂੰ ਇੱਦਾਂ ਕਲੋਲਾਂ ਕਰਨ ਡੇ ਨੇ। ਹੁਣ ਆਖਰ 'ਚ ਫਲਾਇੰਗ ਆ ਗਈ ਹੈ, ਫਲਾਇੰਗ 'ਚ ਕੀ ਹੋਣ ਡਿਆ, ਸਭ ਤੋਂ ਪਹਿਲਾਂ ਫਲਾਇੰਗ ਆਉਂਦੇ ਉਹਨਾਂ ਨੂੰ ਸ਼ੱਕ ਪੈ ਗਿਆ ਇਰਫਾਨ ਖਾਨ 'ਤੇ। ਇਰਫਾਨ ਖਾਨ ਪੇਪਰ ਦੇਣ ਡਿਆ, ਹੁਣ ਉਹਦੀਆਂ ਅੱਖਾਂ ਚੜੀਆਂ ਫੀਮ ਖਾ ਕੇ, ਹੁਣ ਉਹ ਪੇਪਰ ਦੇਣ ਡਿਆ, ਹੁਣ ਉਹਨੂੰ ਆ ਕਹਿੰਦੇ ਫਲਾਇੰਗ ਵਾਲੇ, ਕਹਿੰਦੇ ਉੱਠੋ ਚੈਕਿੰਗ ਕਰਾ ਆਪਣੀ। ਇਹ ਕਿਹਾ ਬਾਈ, ਅਰੇ ਬਈ ਪਹਿਚਾਣਦੇ ਹਮਕੋ, ਅਰੇ ਬਈ ਜਾਣਦੇ ਹੋ, ਅਰੇ ਬਈ ਮੇਰੇ ਪਿਤਾ ਜੀ ਇਸ ਕਾਲਜ ਮੈਂ ਲਗੇ ਹੋਏ ਆ। ਕਿਆ ਲਗੇ ਹੋਏ ਆ? ਅਰੇ ਬਈ ਪੀਅਨ ਹੈ, ਅਰੇ ਪੀਅਨ ਹੈ, ਇਸਮੇ ਕਿਆ ਜ਼ਿਆਦਾ ਬਾਤ ਨਹੀਂ। ਅਰੇ ਬਈ ਪ੍ਰਿੰਸੀਪਲ ਕਾ ਲੜਕਾ ਮੈਂ ਨਹੀਂ ਹੂੰ ਤੋ ਕਿਆ ਹੁਆ, ਮੇਰਾ ਦੋਸਤ ਹੈ ਨਾ, ਅਰੇ ਬਈ ਮੇਰੇ ਸੇ ਕੋਈ ਪਰਚੀ ਨਹੀਂ, ਮੇਰੇ ਕੋਈ ਬੋਡੀ ਕੋ ਹਾਥ ਨਹੀਂ ਲਗਾ, ਮੈਂ ਉਡਾ ਦੂੰਗਾ। ਉਹਦੇ ਤੋਂ ਛੱਡਿਆ, ਹੁਣ ਅੱਗੇ ਨਾਨਾ ਭਟਕਰ ਸਾਹਿਬ ਬੈਠੇ ਨੇ। ਹੁਣ ਨਾਨਾ ਭਟਕਰ ਸਾਹਿਬ ਨੇ ਸਵੇਰ ਦਾ ਕੋਈ ਕੁਸਚਨ ਨਹੀਂ ਕੀਤਾ, ਬਸ ਵਿਹਲੇ ਬੈਠੇ ਨੇ, ਕੋਰਾ ਕਾਗਜ਼, ਉੱਤੋਂ ਨਾ ਉਹਨਾਂ ਨੂੰ ਕੋਈ ਕੁਸਚਨ ਆਉਂਦਾ। ਜਾ ਕੇ ਫਲਾਇੰਗ ਸਿੱਧਾ ਉਹਦੇ ਕੋਲ ਚੱਲ ਗਈ, ਉੱਠੋਏ ਚੱਲ ਆਪਣੀ ਚੈਕਿੰਗ ਕਰਾ, ਅਤੇ ਨਾਨਾ ਭਟਕਰ ਕੋ ਕਹਿੰਦਾ ਕਾਹੇ ਪਰਚੀ ਬਤਾ, ਕਾਹੇ ਪਰਚੀ ਸਾਲੇ ਬਤਾ, ਕਾਹੇ ਪਰਚੀ ਯਹਾਂ ਸੇ ਢੂੰਡ ਸਾਲੇ, ਕਾਹੇ ਸੁਬਿਨ ਸੇ ਕੋਈ ਕੁਸਚਨ ਨਹੀਂ ਕੀਆ, ਕੋਈ ਕੁਸਚਨ ਨਹੀਂ ਕੀਆ ਮੈਨੇ, ਕੋਈ ਕੁਸਚਨ ਨਹੀਂ। ਕੱਲ ਵਾਲੀ ਬਾਈ ਸੇ ਕਹਾ ਸਿੰਧੂ ਘਾਟੀ ਸਭਿਅਤਾ ਵਾਲੇ ਬਤਾ ਦੇ, ਨਹੀਂ ਬਤਾਇਆ, ਨਹੀਂ ਬਤਾਇਆ ਸਿੰਧੂ ਘਾਟੀ ਸਭਿਅਤਾ ਵਾਲੇ, ਕਾਹੇ ਸਾਲੇ, ਯੇ ਲੇ ਤਲਾਸ਼ੀ ਸਾਲੇ, ਲੇ ਤਲਾਸ਼ੀ, ਯੂਨੀਵਰਸਿਟੀ ਤੱਕ ਜਾਊਂਗਾ, ਮੇਰੇ ਬਾਪ ਕੀ ਚਲਤੀ ਹੈ, ਮੇਰੇ ਬਾਪ ਕੀ ਚਲਤੀ ਹੈ। ਉਹਦੇ ਨਾਲ ਆਹ ਹਾਲ ਕੀਤਾ। ਸੋ ਮੇਰੇ ਵੀ ਪੇਪਰਾਂ ਦੀ ਤਿਆਰੀ ਹੋ ਗਈ ਹੈ, ਅਤੇ ਮੈਂ ਤਿਆਰੀ ਕਰਨੀ ਜਾ ਕੇ, ਅਤੇ ਤੁਸੀਂ ਵੇਖਦੇ ਰਹੋ ਦਾ ਗ੍ਰੇਟ ਪੰਜਾਬੀ ਕਾਮੇਡੀ ਸ਼ੋ। ਥੈਂਕ ਯੂ। ਜਿੱਦਾਂ ਗੁਰਦਾਸ ਮਾਨ ਸਾਹਿਬ ਦੀ ਇੱਕ ਮੈਂ ਕੈਸਟ ਸੁਣਦਾ ਸੀ, ਉਹਦੇ 'ਚ ਬੋਲੀਆਂ ਵੀ ਸੀ ਨਾ, ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਮੇਵੇ, ਜੱਟੀ ਫੁੱਟਬਾਲ ਵਰਗੀ ਸੁੱਤੀ ਪਈ ਵੀ ਸੌਣ ਨਾ ਦੇਵੇ। ਸੋ ਕਹਿਣ ਦਾ ਮਤਲਬ, ਸੁੱਕੇ ਬੰਦੇ ਨੂੰ ਬਾਲਣ ਹੀ ਕਹੀ ਜਾਣਾ ਵੀ ਇਹਦੇ ਨੇਰਾ ਬਾਲਣ ਜਿਹਾ ਹੀ ਇਹ। ਸੋ ਕਮਾਲ ਕਮਾਲ ਦੀਆਂ ਸਿੰਬਣੀਆਂ ਨੇ ਪੰਜਾਬੀ 'ਚ। ਇੱਦਾਂ ਹੀ ਜਦੋਂ ਸ਼ਰਾਬੀ ਚਾਰ ਬੈਠੇ ਸ਼ਰਾਬ ਪੀਂਦੇ ਹੋ ਨਾ, ਜਿਹੜਾ ਬਹੁਤਾ ਪੀਣ ਵਾਲਾ ਹੋਵੇ ਨਾ, ਉਹਨੂੰ ਕਹਿਣਗੇ ਤੇ ਡਰਾਮਾ ਭਰਾਵਾ ਡਰੰਮ, ਜਿੰਨੀ ਮਰਜ਼ੀ ਪਿਆਈ ਜਾਓ ਪਤਾ ਨਹੀਂ ਲੱਗਦਾ ਕਿੱਥੇ ਜਾਣ ਡਈ ਹੈ। ਇੱਦਾਂ ਹੀ ਸਾਡੇ ਦੋਸਤ ਸਾਬੀ ਦਾ ਵਿਆਹ ਸਿਆਟਲ ਵਾਲੇ ਦਾ, ਉੱਥੇ ਫੁੱਫੜ ਲਾਗੇ ਬੈਠਾ। ਹੁਣ ਜਿਹੜੇ ਨਾਲ ਪਿਆਉਣ ਵਾਲੇ ਹੁੰਦੇ ਚੰਬਲਾਉਂਦੇ ਬਹੁਤ ਨੇ, ਬਹੁਤ ਹੀ ਪੀਣ ਵਾਲੇ ਨੂੰ,
ਆਪ ਐਡਾ ਐਡਾ ਪੈਗ ਤੇ ਉਹਦਾ ਐਡਾ ਮੋਟਾ ਪੈਗ ਵੱਡਾ ਸਾਰਾ ਪਟਿਆਲਾ ਸ਼ਾਹੀ ਉਹ ਵੀ ਡਬਲ ਤੇ ਜਦੋਂ ਕੋਈ ਕਵੇ ਨਾ ਵੀ ਬਹੁਤੀ ਜੇ ਬਹੁਤੀ ਇੰਨੀ ਨਾ ਦਿਓ ਫਿਕਰ ਨਾ ਕਰੋ ਡਰਮ ਡਰਮ ਪਤਾ ਨਹੀਂ ਲੱਗਣਾ ਕਿੱਥੇ ਗਈ ਡਰਮ ਜਿਹੜਾ ਵੀ ਆਵੇ ਮੋਟਾ ਸਾਰਾ ਪੈਗ ਫੁੱਫੜ ਵੱਡੇ ਨੂੰ ਪਾ ਜਾਵੇ ਉਹਨੂੰ ਕਹਿਣ ਚੁੱਕੋ ਫੁੱਫੜ ਜੀ ਉਹ ਵਿਚਾਰਾ ਸੰਗਦਾ ਚੁੱਕ ਵੀ ਲਵੇ ਪਹਿਲਾਂ ਤਿੰਨ ਚਾਰ ਵਾਰੀ ਸੰਗਦੇ ਨੇ ਚੁੱਕਿਆ ਮੁੜ ਕੇ ਤਾਂ ਝਾਕੇ ਲੈ ਜਾਂਦੇ ਚਾਰ ਪੈਗ ਤੋਂ ਬਾਅਦ ਜਿਹੜਾ ਕਵੇ ਯਾਰ ਜ਼ਿਆਦਾ ਇੰਨੀ ਨਾ ਪਿਓ ਡਰਮ ਡਰਮ ਕੋਈ ਫਰਕ ਨਹੀਂ ਡਰਮ ਡਰਮ ਉਹ ਇੱਕ ਬੰਦਾ ਸਾਡਾ ਮੈਨੂੰ ਪਤਾ ਕੌਣ ਸੀ ਜਿਹੜਾ ਉਹਨੂੰ ਜਾਣ ਕੇ ਤੰਗ ਕਰਦਾ ਸੀ ਹੈ ਉਹਦਾ ਭਤੀਜਾ ਹੀ ਸੀ ਨਾਲ ਆਇਆ ਉਹਨੂੰ ਪਤਾ ਸੀ ਵੀ ਇਹਦਾ ਜਲੂਸ ਇੱਦਾਂ ਹੀ ਨਿਕਲਣਾ ਫਿਰ ਮੋਟਾ ਸਾਰਾ ਪੈਗ ਪਾਇਆ ਕਹਿਣ ਜ਼ਿਆਦਾ ਹੋ ਗਈ ਉਹਨੇ ਅੱਗੇ ਬੜੀ ਪੀਲੀ ਡਰਮ ਡਰਮ ਕੋਈ ਫਰਕ ਨਹੀਂ ਪੈਂਦਾ ਡਰਮ ਜਿੰਨੀ ਮਰਜ਼ੀ ਪਾਈ ਜਾਓ ਡਰਮ ਡਰਮ ਉਹ ਡਰਮ ਡਰਮ ਕਰਦੇ ਨੇ ਘੱਟੋ ਘੱਟ ਤਿੰਨ ਬੋਤਲਾਂ ਇਕੱਲੇ ਨੂੰ ਪਿਆ ਤੀਆਂ ਅਤੇ ਘਰ ਵੱਲ ਨੂੰ ਤੋਰਤਾ ਫੁੱਫੜ ਵਿਚਾਰਾ ਕੰਧਾਂ ਫੜਦਾ ਬੂਹੇ ਨੂੰ ਹੱਥ ਪਾ ਵਿਚਾਰਾ ਮਸਾਂ ਤੁਰਿਆ ਉਹਦੇ 15 ਕੁ ਮਿੰਟ ਬਾਅਦ ਇੱਕ ਬੱਚੇ ਨੇ ਆ ਕੇ ਦੱਸਿਆ ਕਹਿੰਦਾ ਅੰਕਲ ਜੀ ਬਾਹਰ ਜਾ ਕੇ ਦੇਖ ਲਓ ਜੀ ਕਹਿੰਦਾ ਬੇਟੇ ਕੀ ਹੋਇਆ ਬਾਹਰ ਉਹ ਬਾਹਰ ਚਾਚੇ ਦੀ ਚੱਕੀ ਕੌਣ ਹੈ ਤੁਹਾਡਾ ਡਰਮ ਮੂਧਾ ਹੋਇਆ ਪਿਆ ਜੀ ਸੋ ਇਹ ਡਰਮ ਵੀ ਬੜੇ ਮੂਧੇ ਹੁੰਦੇ ਨੇ ਪਰ ਅੱਜ ਮੂਧੇ ਯਾਨੀ ਕਿ ਉਲਟੇ ਪਰ ਅੱਜ ਇੱਕ ਉਲਟਾ ਕੰਮ ਅਸੀਂ ਕਰਨ ਲੱਗੇ ਹਾਂ ਜਿਹੜਾ ਵੈਸੇ ਬਹੁਤ ਸਿੱਧਾ ਕੰਮ ਹੈ ਕਿਉਂਕਿ ਕਮੇਡੀਅਨ ਤਾਂ ਸਾਡਾ ਇੱਕ ਨਹੀਂ ਮਾਣ ਹੁੰਦਾ ਅਤੇ ਜਦੋਂ ਦੋ ਜੋੜ ਕੇ ਇਕੱਠੇ ਅਸੀਂ ਕਰ ਦਿੱਤੇ ਇੱਥੇ ਤਾਂ ਰੌਣਕ ਕਮਾਲ ਦੀ ਲੱਗੇਗੀ ਪਹਿਲੀ ਵਾਰੀ ਡੂ ਇਟ ਫੋਰਮ ਦੇ ਵਿੱਚ ਪੇਸ਼ ਕਰ ਰਹੇ ਹਾਂ ਆਪਣੇ ਦੋ ਖਤਰਨਾਕ ਕਲਾਕਾਰ ਆਓ ਵੇਖਦੇ ਹਾਂ ਇਹ ਹਾਸਿਆਂ ਦੇ ਖੇਤਾਂ 'ਚੋਂ ਕਿਹੜਾ ਚੁੱਗ ਕੇ ਲਿਆਏ ਆ ਤੁਹਾਡੇ ਲਈ ਨਰਮਾ ਮੇਰੀ ਮੁਰਾਦ ਚੰਦਨ ਪ੍ਰਭਾਕਰ ਦੀਪਕ ਸ਼ਰਮਾ ਦੋਸਤੋ ਮੈਂ ਦੀਪਕ ਸ਼ਰਮਾ ਫਗਵਾੜੇ ਤੋਂ ਖੂਬ ਜਮੇਗਾ ਰੰਗ ਜਬ ਮਿਲ ਬੈਠੇਂਗੇ ਤੀਨ ਯਾਰ ਮੈਂ ਚੰਦਨ ਔਰ ਗ੍ਰੇਟ ਪੰਜਾਬੀ ਕਾਮੇਡੀ ਸ਼ੋ ਹੈਲੋ ਉੱਧਰ 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 ਬਸ ਕਰੋ ਜੀ ਇਹ ਤਾਂ ਆਦਤ ਪਈ ਆ ਤੂੰ ਕਿੱਥੇ ਸੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਯਾਦ ਕਰ ਰਿਹਾ ਸੀ ਮੈਂ ਕੀ ਦੋਣੀ ਦਾ ਪਾੜਾ ਹੀ ਜਿਹੜਾ ਮੈਨੂੰ ਯਾਦ ਕਰਨ ਡਿਆ ਸੀ ਯਾਰ ਯਾਦ ਕਰ ਰਿਹਾ ਸੀ ਮਤਲਬ ਤੈਨੂੰ ਨਾ ਬਹੁਤ ਜ਼ਿਆਦਾ ਮੈਂ ਮਿਸ ਕਰ ਰਿਹਾ ਸੀ ਅਤੇ ਮਿਸ ਹੀ ਕਰ ਸਕਦਾ ਤੂੰ ਕਦੀ ਫੋਨ ਕੀਤਾ ਹੀ ਬੜਾ ਕੰਜੂਸ ਹੈ ਮੈਂ ਤੂੰ ਇਹਦੀ ਕਰਤੂਤ ਦੱਸਦਾ ਨਹੀਂ ਤੁਹਾਨੂੰ ਮੈਂ ਇੰਨਾ ਕੰਜੂਸ ਜੇ ਇੰਨਾ ਕੰਜੂਸ ਜੇ ਪਿੱਛੇ ਜਿਹੜਾ ਮੋਬਾਈਲ ਦਾ ਬਿੱਲ ਜ਼ਿਆਦਾ ਆ ਗਿਆ ਨਾ ਮੋਬਾਈਲ ਬੰਦ ਕਰਤਾ ਅਤੇ ਕੀਤਾ ਵੀ ਕੀ ਦਿਮਾਗੋ ਪੈਦਲ ਕਬੂਤਰ ਦੇ ਗਲੇ 'ਚ ਚਿੱਠੀ ਪਾ ਕੇ ਸੰਦੇਸ਼ ਭੇਜਣੇ ਸ਼ੁਰੂ ਕਰਤੇ ਪਰਸੋਂ ਨੇ ਕੀਤਾ ਸੰਦੇਸ਼ ਵੀ ਨਹੀਂ ਪਾਇਆ ਨਹੀਂ ਇਹਨੇ ਇੱਦਾਂ ਹੀ ਭੇਜ ਦਿੱਤਾ ਕਬੂਤਰ ਖਾਲੀ ਮੈਂ ਕਿਹਾ ਫੋਨ ਫਾਨ ਲਾਇਆ ਮੈਂ ਕਿਹਾ ਦੀਪਕ ਇਹ ਕੀ ਕਬੂਤਰ ਦੇ ਗਲੇ 'ਚ ਚਿੱਠੀ ਆਇਆ ਨਹੀਂ ਕਹਿੰਦਾ ਚੁੱਪ ਕਰੋ ਭਾਅ ਜੀ ਮਿਸਡ ਕਾਲ ਦਿੱਤੀ ਆ ਕਿੰਨਾ ਕੰਜੂਸ ਜੇ ਅੱਛਾ ਮੈਂ ਕੰਜੂਸ ਹਾਂ ਤੇ ਤੂੰ ਕੰਜੂਸ ਨਹੀਂ ਇਹਦੀ ਗੱਲ ਸੁਣੋ ਇਹਨੇ ਕਦੀ ਵੀ ਰੁਪਈਆ ਨਹੀਂ ਖਰਚਿਆ ਮੈਂ ਕਿਹਾ ਯਾਰ ਇੰਨੇ ਪੈਸੇ ਕਿੱਥੇ ਲੈ ਕੇ ਜਾਣੇ ਆ ਇਹਨੂੰ ਮੈਂ ਕਿਹਾ ਕੰਟੀਨ 'ਚ ਬੈਠਾ ਮੈਂ ਕਿਹਾ ਜਾ ਕੁਛ ਲੈ ਕੇ ਆ ਅੱਗੇ ਉਹ 5 ਰੁਪਏ ਦੀ ਭਾਨ ਲਿਆ ਓਏ ਖੋਤਿਆ ਜਿਹਾ ਇੱਕ ਦੂਜੇ ਦੀ ਬੇਇੱਜ਼ਤੀ ਕਰਨੀ ਅਸੀਂ ਹੋਰ ਕੀ ਕਰਨਾ ਓਏ ਇੱਕ ਦੂਜੇ ਦੀ ਤਾਰੀਫਾਂ ਕਰਨੀਆਂ ਵਾ ਓ ਯਾਰ ਸੱਚ ਆਓ ਤੈਨੂੰ ਪਤਾ ਹੈ ਚੰਦਨ ਇੱਕ ਨਾ ਕਾਮੇਡੀ ਸ਼ੋਅ ਸ਼ੁਰੂ ਹੋ ਰਿਹਾ ਕਿਸੇ ਚੈਨਲ 'ਤੇ ਤੇ ਚੰਦਨ ਆਪਾਂ ਉਹਨੂੰ ਟੱਕਰ ਦੇਣੀ ਹੈ ਟੱਕਰ ਇੱਕ ਮਿੰਟ 'ਚ ਟੱਕਰ ਇੱਕ ਮਿੰਟ 'ਚ ਚੱਲ ਫਿਰ ਠੀਕ ਹੈ ਦੱਸ ਕਿੱਦਾਂ ਟੱਕਰ ਦੇਂਗਾ ਇੱਕ ਮਿੰਟ 'ਚ ਟੱਕਰ ਦੇਵਾਂਗਾ ਉਹ ਕਿੱਦਾਂ ਇੱਧਰ ਆ ਹਾਂ ਚੰਦਨ ਯਾਰ ਲੋਕੀ ਟੀਵੀ 'ਚ ਸਾਨੂੰ ਵੇਖ ਰਹੇ ਨੇ ਟੀਵੀ 'ਚ ਵੇਖਣਾ ਹੋਰ ਸਾਨੂੰ ਕਿ ਲਮਾਰੀ 'ਚ ਵੇਖਣਾ ਉਹਨਾਂ ਨੇ ਕਹਿਣ ਦਾ ਮਤਲਬ ਹੈ ਅਸੀਂ ਇੱਥੇ ਕਾਮੇਡੀ ਕਰਨ ਆਏ ਹਨਾ ਪਰ ਸੱਚੀ ਦੱਸਾਂ ਮੇਰਾ ਕਾਮੇਡੀ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਮੈਨੂੰ ਦੇਖ ਮੈਂ ਹੀਰੋ ਵਰਗਾ ਲੱਗਦਾ ਯਾਰ ਮੇਰਾ ਦਿਲ ਕਰਦਾ ਮੈਂ ਐਕਟਿੰਗ ਕਰਾਂ ਰੀਲੀ ਕਰਦਾ ਨਾ ਹਾਂਜੀ ਹਾਂ ਚਲੋ ਕਰਾਓ ਫਿਰ ਦਿਲ ਮੇਰੇ ਯਾਰ ਐਕਟਿੰਗ ਕਰਨ ਨੂੰ ਦਿਲ ਕਰਦਾ ਕੁਛ ਵੀ ਹੋਵੇ ਮੈਨੂੰ ਫਿਲਮਾਂ 'ਚ ਕੰਮ ਮਿਲ ਜੇ ਚੱਲ ਠੀਕ ਹੈ ਐਕਟਿੰਗ ਕਰਨ ਜੀ ਕਰਦਾ ਨਾ ਬਿਲਕੁਲ ਮੈਂ ਤੈਨੂੰ ਸਿਚੁਏਸ਼ਨ ਦਿੰਦਾ ਜੇ ਤੂੰ ਐਕਟਿੰਗ ਕਰ ਗਿਆ ਤਾਂ ਤੂੰ ਬੈਸਟ ਐਕਟਰ ਚੱਲ ਠੀਕ ਆ ਦੇ ਸਿਚੁਏਸ਼ਨ ਤੂੰ ਰਾਜਾ ਬਣ ਜਾ ਰਾਜਾ ਨਹੀਂ ਯਾਰ ਰਾਜਾ ਨਹੀਂ ਮੈਂ ਬਣ ਸਕਦਾ ਕਿਉਂ ਯਾਰ ਤੈਨੂੰ ਤਾਂ ਪਤਾ ਮੈਂ ਕਾਮੇਡੀਅਨ ਗੱਲ ਗੱਲ 'ਤੇ ਮੈਨੂੰ ਕਾਮੇਡੀ ਕਰਨ ਦੀ ਆਦਤ ਹੈ ਹੁਣ ਗੱਲ ਸੁਣ ਪ੍ਰਜਾ ਨੇ ਆਉਣਾ ਲੋਕਾਂ ਨੇ ਆਉਣਾ ਮੇਰੇ ਕੋਲ ਫਰਿਆਦਾਂ ਲੈ ਕੇ ਮੈਂ ਉਹਨਾਂ ਨੂੰ ਕਾਮੇਡੀ ਕਰ ਦੇਣੀ ਹੈ ਉਹਨਾਂ ਨੇ ਕਹਿਣਾ ਸਾਡਾ ਰਾਜਾ ਕਿੱਦਾਂ ਦਾ ਚੁਟਕਲੇ ਸੁਣਾਉਂਦਾ ਹੈ ਬੇਇੱਜ਼ਤੀ ਨਹੀਂ ਹੋਣੀ ਓਏ ਚੁੱਪ ਕਰ ਪਾਗਲਾ ਜਿਹਾ ਇੱਦਾਂ ਨਹੀਂ ਤੂੰ ਕਾਮੇਡੀ ਨਾ ਕਰੀ ਯਾਰ ਇੱਕ ਪੰਗਾ ਥੋੜ੍ਹੀ ਹੈ ਹੁਣ ਦੇਖ ਤੈਨੂੰ ਤਾਂ ਪਤਾ ਮੈਨੂੰ ਸਿਗਰਟ ਭਰਨ ਦੀ ਆਦਤ ਹੈ ਮੈਂ ਸਿਗਰਟ ਭਰਦੇ ਹੁਣ ਅਤੇ ਉੱਧਰੋਂ ਕਿਸੇ ਨੇ ਦੇਖ ਲੈਣਾ ਉਹਨੇ ਕਹਿਣਾ ਸਾਡਾ ਰਾਜਾ ਨਸ਼ੇੜੀ ਬੇਇੱਜ਼ਤੀ ਦੀ ਨਹੀਂ ਗੱਲ ਤੇ ਫਿਰ ਤੂੰ ਕੀ ਕਰ ਸਕਦਾ ਮੈਂ ਰਾਜਾ ਨਹੀਂ ਬਣ ਸਕਦਾ ਸਿਚੁਏਸ਼ਨ ਚੇਂਜ ਕਰੋ ਸੀਨ ਚੇਂਜ ਕਰੋ ਨਹੀਂ 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 ਰਾਜਾ ਬਣ ਪਾਗਲਾ ਰਾਜਾ ਬਣੇਗਾ ਵੱਡੇ ਵੱਡੇ ਹੁਕਮ ਲਾਏਗਾ ਤੂੰ ਹੁਕਮ ਲਾਉਂਗਾ ਮੈਂ ਚੱਲ ਠੀਕ ਹੈ ਹੁਕਮ ਲਾਉਂਦਾ ਮੈਂ ਮਹਾਮੰਤਰੀ ਜੀ ਮਹਾਰਾਜ ਇੱਕ ਕੱਪ ਚਾਹ ਲਿਆਓ ਨਾਲ ਦੋ ਸਿਗਟਾਂ
ਪਾਗਲਾ ਰਾਜਾ ਤੂੰ ਰਾਜਾ ਵਾਲੀ ਗੱਲਾਂ ਕਰ ਅੱਛਾ ਯਾਰ ਨਹੀਂ ਹੁੰਦੀ ਆ ਗਰੀਬੀ ਚ ਜੰਮਿਆ ਕੀ ਕਰਾਂ ਤੂੰ ਇਦਾਂ ਕਰ ਸਿਚੁਏਸ਼ਨ ਚੇਂਜ ਕਰ ਕੋਈ ਚੱਲ ਠੀਕ ਹੈ ਸਿਚੁਏਸ਼ਨ ਚੇਂਜ ਕਰ ਦਿੰਦੇ ਆ ਮੇਰੇ ਕੋਲ ਇੱਕ ਹੋਰ ਸਿਚੁਏਸ਼ਨ ਹੈਗੀ ਆ ਉਹ ਕੀ ਮੰਨ ਲਾ ਮੈਂ ਕਰੋੜਪਤੀ ਕਰੋੜਪਤੀ ਅਪਾਲ ਦੇਖ ਇਦਾਂ ਲੱਗਦਾ 100 ਰੁਪਏ ਦਿਹਾੜੀ ਦਾ ਮਜ਼ਦੂਰ ਹੁੰਦਾ ਹੈ ਕੋਈ ਤੂੰ ਐਕਟਰ ਬੰਨਾ ਕਿ ਨਹੀਂ ਬੰਨਾ ਯਾਰ ਐਕਟਰ ਐਕਟਰ ਤੇ ਯਾਰ ਬੰਨਾ ਵਾ ਮੈਂ ਚੱਲ ਮੰਨ ਲਿਆ ਤੂੰ ਕਰੋੜਪਤੀ ਹੈ ਹਾਂ ਮੰਨ ਲਾ ਮੈਂ ਕਰੋੜਪਤੀ ਹਾਂ ਤੇ ਮੈਂ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰਾਂਗਾ ਜਿਹੜਾ ਸਭ ਤੋਂ ਵੱਡਾ ਪਾਗਲ ਹੋਏਗਾ ਪਾਗਲ ਹੋਏਗਾ ਪਾਗਲ ਬਣ ਰਾਮਲੀਲਾ ਦਾ ਰਾਵਣ ਨਾ ਬਣ ਚੱਲ ਪਾਗਲ ਬਣ ਤੁਸੀਂ ਕੌਣ ਹੋ ਮੈਂ ਪਾਗਲ ਪਾਗਲ ਹੋ ਤੁਸੀਂ ਹਾਂਜੀ ਇਹ ਮੈਨੂੰ ਤਾਂ ਬਾਂਦਰ ਲੱਗਣ ਡੇ ਸ਼ਕਲੋਂ ਮੈਂ ਪਾਗਲ ਆ ਮੈਂ ਬਹੁਤ ਪਾਗਲ ਆ ਮੈਂ ਇਹ ਪਾਗਲ ਹੋ ਤੇ ਇਹ ਕੀ ਕਰੀ ਜਾਣ ਡੇ ਜੋ ਮੈਂ ਤੇ ਸਵਾਲ ਕੱਢਣ ਡਿਆ ਤੇ ਤੂੰ ਸਾਰਾ ਪਾਗਲ ਜਦ ਸਾਹ ਦੇ ਸਵਾਲ ਕੱਢਣ ਡਿਆ ਮੇਰੀ ਗੱਲ ਸੁਣ ਸਵਾਲ ਕੱਢਣ ਹੀ ਦਿਆ ਮੈਂ ਨਿਕਲੇ ਥੋੜੀ ਆ ਓਏ ਹੋਏ ਹੋਏ ਤੂੰ ਮੈਨੂੰ ਇਹ ਦੱਸ ਤੇਰਾ ਨਾਂ ਕੀ ਹੈ ਮੇਰਾ ਨਾਂ ਪਾਗਲ ਪਾਗਲ ਤੋਂ ਪਾਗਲ ਦਾ ਨਾਂ ਪੁੱਛਣ ਡਿਆ ਪਾਗਲ ਆ ਪਾਗਲ ਨੂੰ ਪਤਾ ਹੁੰਦਾ ਪਾਗਲ ਦਾ ਕੀ ਨਾਮ ਹੈ ਪਾਗਲ ਜਾ ਯਾਰ ਮੈਂ ਨਹੀਂ ਖੇਡਣਾ ਓਏ ਮੈਂ ਨਹੀਂ ਖੇਡਣਾ ਯਾਰ ਕੀ ਗੱਲ ਕੀ ਹੋਈ ਚਪੇੜ ਐਵੇਂ ਮਾਰਦੀ ਮੈਂ ਤੈਨੂੰ ਐਕਟਰ ਬਣਾਈ ਜਾਣਦਾ ਤੂੰ ਮੇਰੇ ਚਪੇੜਾਂ ਮਾਰੀ ਜਾਣਦਾ ਯਾਰ ਐਕਟਿੰਗ ਜੋ ਵੱਜ ਗਈ ਚਪੇੜ ਗਲਤੀ ਹੋ ਗਈ ਚਲ ਮਾਫ ਕਰੋ ਜੀ ਤੂੰ ਤੂੰ ਨਹੀਂ ਬਣ ਸਕਦਾ ਤੈਨੂੰ ਐਕਟਿੰਗ ਨਹੀਂ ਆਉਂਦੀ ਨਹੀਂ ਜੀ ਇੱਕ ਚਾਂਸ ਦੇ ਦੇ ਤੈਨੂੰ ਐਕਟਿੰਗ ਆਉਂਦੀ ਨਹੀਂ ਆ ਯਾਰ ਸੀਨ ਚੇਂਜ ਕਰ ਲਓ ਅੱਛਾ ਇਦਾਂ ਕਰਦੇ ਆ ਮੈਨੂੰ ਐਕਟਿੰਗ ਨਹੀਂ ਆਉਂਦੀ ਨਹੀਂ ਤੈਨੂੰ ਐਕਟਿੰਗ ਨਹੀਂ ਆਉਂਦੀ ਤੈਨੂੰ ਬਹੁਤ ਆਉਂਦੀ ਮੈਨੂੰ ਬਹੁਤ ਐਕਟਿੰਗ ਆਉਂਦੀ ਹੈ ਲੈ ਤੂੰ ਜਿੱਦਾਂ ਵੱਡਾ ਸ਼ਾਹਰੁਖ ਖਾਨ ਚੱਲ ਬਣ ਫਿਰ ਡਾਇਰੈਕਟਰ ਮੈਂ ਬਣਦਾ ਐਕਟਰ ਚੱਲ ਠੀਕ ਆ ਬਣ ਗਿਆ ਮੈਂ ਡਾਇਰੈਕਟਰ ਠੀਕ ਆ ਪਹਿਲੇ ਦੱਸ ਤੂੰ ਕੋਈ ਫਿਲਮ ਫਿਲਮ ਕੀਤੀ ਹੈ ਫਿਲਮ ਹਾਂ ਇਹ ਆਪਣਾ ਦਿਲ ਵਾਲੇ ਦੁਲਾਨੀਆਂ ਲੈ ਜਾਵਾਂਗੇ ਵੇਖੀ ਹੋ ਹਾਂ ਦੇਖੀ ਹੈ ਤੇ ਹੁਣ ਇਹਦਾ ਇਹ ਮਤਲਬ ਥੋੜ੍ਹੀ ਕਿ ਮੇਰਾ ਰੋਲ ਜੇ ਸ਼ਾਹਰੁਖ ਨੂੰ ਦੇਤਾ ਤਾਂ ਮੈਨੂੰ ਐਕਟਿੰਗ ਹੀ ਨਹੀਂ ਆਉਂਦੀ ਆਪਣਾ ਗਦਰ ਵੇਖੀ ਗਦਰ ਗਦਰ ਫਿਲਮ ਮੈਂ ਦੋ ਵਾਰੀ ਦੇਖੀ ਹੈ ਤੇ ਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਮੈਂ ਪੰਜ ਵਾਰੀ ਵੇਖੀ ਹੈ ਯਾਰ ਇਹ ਚ ਐਕਟਿੰਗ ਕਿੱਥੇ ਹੈ ਐਕਟਿੰਗ ਦੀਆਂ ਗੱਲਾਂ ਕਰੋ ਉਹ ਤੂੰ ਸਿਚੁਏਸ਼ਨ ਦੇ ਇੱਕ ਮਿੰਟ ਐਕਟਿੰਗ ਚੱਲ ਠੀਕ ਆ ਇਦਾਂ ਕਰਦੇ ਆ ਤੂੰ ਹੈਗਾ ਡਾਕੂ ਠੀਕ ਹੈ ਤੇ ਮੈਂ ਹੈਗਾ ਬੈਂਕ ਦਾ ਮੈਨੇਜਰ ਠੀਕ ਆ ਤੇ ਤੂੰ ਹੁਣ ਬੈਂਕ 'ਚ ਡਾਕਾ ਮਾਰਨ ਆਣਾ ਹੈ ਠੀਕ ਆ ਕੀ ਕਰਨ ਆਣਾ ਹੈ ਡਾਕਾ ਮਾਰਨਾ ਚੱਲ ਠੀਕ ਆ ਮੈਂ ਬੈਂਕ 'ਚ ਲੱਗਾ ਮੈਂ ਪੜ੍ਹਿਆ ਲਿਖਣਾ ਤੇ ਤੂੰ ਡਾਕਾ ਮਾਰਨਾ ਚਲੋ ਵਨ ਤੂੰ ਪਹਿਲੇ ਕਹਿਣਾ ਜਦੋਂ ਮੈਂ ਕਹਿਣਾ ਨਾ ਐਕਸ਼ਨ ਠੀਕ ਆ ਉਦੋਂ ਤੂੰ ਡਾਇਲੋਗ ਬੋਲਣਾ ਹੈ ਠੀਕ ਆ ਵਨ ਟੂ ਥ੍ਰੀ ਐਕਸ਼ਨ ਡਾਇਲੋਗ ਡਾਇਲੋਗ ਨਹੀਂ ਮਤਲਬ ਮੇਰਾ ਐਕਸ਼ਨ ਕਹਿਣਾ ਨਾ ਉਸ ਤੋਂ ਬਾਅਦ ਤੂੰ ਕੋਈ ਲਾਈਨ ਬੋਲਣੀ ਹੈ ਠੀਕ ਹੈ ਮੈਂ ਕਿਹਾ ਐਕਸ਼ਨ ਤੂੰ ਲਾਈਨ ਬੋਲਣੀ ਹੈ ਕੋਈ ਠੀਕ ਹੈ ਵਨ ਟੂ ਥ੍ਰੀ ਐਕਸ਼ਨ ਐਕਸ਼ਨ ਓਏ ਐਕਸ਼ਨ ਲਾਈਨ ਮੇਰੇ ਪਿਓ ਮੇਰੀ ਗੱਲ ਸੁਣ ਲਾਈਨ ਦਾ ਮਤਲਬ ਨਹੀਂ ਮੈਂ ਜਦੋਂ ਕਿਹਾ ਨਾ ਐਕਸ਼ਨ ਤੂੰ ਧਰਮਿੰਦਰ ਨੂੰ ਦੇਖਿਆ ਹਾਂ ਧਰਮਿੰਦਰ ਨੂੰ ਵੇਖਿਆ ਧਰਮਿੰਦਰ ਦੇ ਸਟਾਈਲ ਜਿੱਦਾਂ ਧਰਮਿੰਦਰ ਡਾਇਲੋਗ ਬੋਲਦਾ ਹੈ ਨਾ ਉਦਾਂ ਡਾਇਲੋਗ ਬੋਲਣਾ ਹੈ ਠੀਕ ਹੈ ਠੀਕ ਵਨ ਟੂ ਥ੍ਰੀ ਐਕਸ਼ਨ ਡਾਇਲੋਗ ਕਿਸੇ ਮੂੰਹ ਫਿਰ ਤੇਰਾ ਯਾਰ ਕੀ ਕਰਨ ਡਿਆ ਮੇਰੀ ਗੱਲ ਸੁਣ ਸਾਡੀ ਫਿਲਮ ਬਣਨੀ ਨਹੀਂ ਹੈਗੀ ਇੱਦਾਂ ਤੈਨੂੰ ਐਕਟਿੰਗ ਕਿੱਥੇ ਆਉਣੀ ਹੈ ਚੱਲ ਸੀਨ ਕਰ ਫਟਾਫਟ ਮੈਨੇਜਰ ਡਾਕੂ ਠੀਕ ਹੈ ਡਾਇਲੋਗ ਬੋਲਣੇ ਆ ਜਿੱਦਾਂ ਹੋਰ ਹੀਰੋ ਬੋਲਦੇ ਆ ਮੈਂ ਤੇਰਾ ਖੂਨ ਪੀ ਜਾਊਂਗਾ ਇਸ ਤੋਂ ਅੱਗੇ ਵੀ ਬੋਲਦੇ ਆ ਨਾ ਆਪਣੇ ਸਟਾਈਲ 'ਚ ਕੁਛ ਬੋਲ ਚੱਲ ਸ਼ਾਬਾਸ਼ ਆ ਜਾ ਡਾਕੂ ਬਣ ਕੇ ਚੱਲ ਚਲੋ ਰਹਿਣ ਦੋ ਡਾਕੂ ਦੇ ਸੇਕ ਪੈਣ ਡਿਆ ਕੰਨਾਂ ਦੇ ਚਲੋ ਮੈਂ ਸੇਕ ਹੋਰ ਕੱਢ ਦੇਣਾ ਹੁਣ ਮੇਰੀ ਫਿਲਮ ਪੂਰੀ ਕਰਨੀ ਪੈਣੀ ਹੈ ਵਨ ਟੂ ਥ੍ਰੀ ਐਕਸ਼ਨ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਰੂ ਬਾਰੀ ਬਰਸੀ ਕੱਢਣ ਗਿਆ ਸੀ ਖਟਕੇ ਲਿਆਂਦਾ ਰੂ ਉਹ ਤੇਰਾ ਦੁਰ ਫਿਟਾ ਤੈਨੂੰ ਮੈਂ ਸਿੰਗਰ ਬਣਨ ਕਿਹਾ ਸੀ ਤੈਨੂੰ ਮੈਂ ਡਾਕੂ ਬਣਨ ਲਈ ਕਿਹਾ ਸੀ ਤੂੰ ਸਿੰਗਰ ਬਣ ਗਿਆ ਕਦੇ ਆ ਜਿਆ ਇਹ ਡਾਕੂ ਨੇ ਸਿੰਗਰ ਦਾ ਭੇਸ ਬਦਲਿਆ ਵਾ ਉਹ ਫਿਟੇ ਮੂੰਹ ਤੇਰੇ ਯਾਰ ਸਿੰਗਰ ਨਹੀਂ ਬਣਨਾ ਤੂੰ ਭੇਸ ਬਦਲ ਕੇ ਆ ਗਿਆ ਮੈਂ ਡਾਕੂ ਬਣ ਠੀਕ ਹੈ ਹੁਣ ਮੈਂ ਬੈਠ ਗਿਆ ਤੂੰ ਡਾਕਾ ਮਾਰਨ ਆ ਜਾ ਦੁਬਾਰਾ ਤੀ ਠੀਕ ਹੈ ਚਲ ਠੀਕ 1 2 3 ਸਟਾਰਟ ਚਲ ਠੀਕ ਆ ਓਏ ਚੁੱਪ ਕਰਕੇ ਮੇਰੇ ਹਵਾਲੇ 20 ਲੱਖ ਰੁਪਿਆ ਕਰਦਾ ਨਹੀਂ ਤੇ ਨਹੀਂ ਤੇ ਕਹਿ ਗੋਲੀ ਮਾਰ ਦੂੰਗਾ ਚੁੱਪ ਕਰਕੇ 20 ਲੱਖ ਰੁਪਏ ਮੇਰੇ ਹਵਾਲੇ ਕਰ ਦੇ ਨਹੀਂ ਤੇ
ਨਹੀਂ ਤੇ ਉਹ ਯਾਰ ਕਿਆ ਗੋਲੀ ਮਾਰ ਦੂੰਗਾ ਬੰਦੂਕ ਤੇ ਲਿਖਤੀ ਗੋਲੀ ਤੇਰੇ ਪਿਓ ਨੇ ਪਾਣੀ ਵਿੱਚ ਉਹ ਮੇਰੇ ਪਿਓ ਆਲਾ ਲਿਖਤੀ ਗੋਲੀ ਵੀ ਲਿਖਤੀ ਬੰਦੂਕ ਵੀ ਲਿਖਤੀ ਹੁਣ ਤੇ ਡਾਕਾ ਮਾਰ ਲੈ ਭਰਾ ਚਲੋ ਠੀਕ ਆ ਚਲੋ ਜਾਓ ਆਓ ਐਕਸ਼ਨ ਕੋ ਐਕਸ਼ਨ ਓਏ ਚੁੱਪ ਕਰਕੇ ਮੇਰੇ ਹਵਾਲੇ 20 ਲੱਖ ਰੁਪਏ ਕਰ ਦੇ ਨਹੀਂ ਤੇ ਬੰਦੂਕ ਤੂੰ ਕੱਲ ਦਿਖਾ ਦੇ ਮੈਂ ਨੀ ਆਲਾ ਫੜ 20 ਲੱਖ ਮੈਂ ਨੀ ਰੋਲ ਕਰਨਾ ਚਪੇੜਾ ਹੀ ਬੜੀਆਂ ਮਾਰਦਾ ਤੂੰ ਯਾਰ ਗੱਲ ਤੇ ਸੁਣ ਚੰਦਨ ਗੱਲ ਤੇ ਸੁਣ ਚੰਦਨ